ਤੁਹਾ ਸਾਰੇ ਨੂੰ ਨਮਸਕਾਰ ਮੇਰਾ ਨਾਮ ਰਜਨੀਸ਼ ਕੁਮਾਰ ਹੈ ਕਨੇ ਮੈਂ ਆਂਦੇ ਆਪਣੇ ਜਿਲ੍ਹਾ ਕੰਗੜਾ ਦੇ ਤਹਿਸੀਲ ਜਵਾਲਾਮੁਖੀ ਚ ਕੋਤੋਕ ਸਰਕਾਰੀ ਸਕੂਲ ਹੈ ਉੱਥੇ ਲੈਕਚਰਰ ਕੰਪਿਊਟਰ ਸਾਇੰਸ ਲੱਗੇ ਆ। ਤੁਹਾਂ ਸਾਰੇ ਨੇ ਮੈਂ 10 ਕਰ ਮਿੰਟ ਗੱਲ ਕਰਨੇ ਵਾਸਤੇ ਜੁੜੇ ਅੱਜ। ਆ ਸਾਰੇ ਜਾਣਦੇ ਕਿ ਆਉਣ ਵਾਲੇ ਟਾਈਮਾਂ ਚ ਕੁਛੀ ਦਿਨਾਂ ਚ ਜਿਹੜਾ ਜੇ ਲੋਕ ਸਭਾ ਤੋਂ 24 ਜਨ ਆਉ ਜਿਹੜੇ ਨੇ ਸੇ ਹੋਣੇ ਆਲੇ ਕਨੇ ਸਾਰੀ ਜਨਤਾ ਆ ਸਾਰੇ ਲੋਕ ਜਿਹੜੇ ਨੇ ਚੋਣਾਂਵਾਂ ਦੇ ਇਸ ਮੇਲਣੇ 'ਚ ਜਰੂਰ ਆਪਣਾ ਯੋਗਦਾਨ ਦੇਣਾ ਹੈ ਪਰ ਇਸ ਵਾਸਤੇ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਹੈ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ seta ਇਹ ਹੈ ਕਿ ਆਮਲ ਵੋਟਰ ਕਾਰਡ ਹੋਣਾ ਚਾਹੀਦਾ ਹੈ ਜਾਂ ਵੋਟ ਪਾਈ ਸਕਦੇ ਹਨ ਚੋਣਾਂਵਾਂ 'ਚ ਭਾਗ ਲੈ ਸਕਦੇ ਤੇ ਇਸ ਵਾਸਤੇ ਜਿਹੜੇ ਜੀ ਆਹਾਂ ਦੇ ਨੌਜਵਾਨ ਬੱਚੇ ਨੇ ਜਿਹੜੇ 18 ਸਾਲ ਦੀ ਉਮਰ ਦੇ ਨੇੜੇ ਤੇੜੇ ਦੇ ਨੇ ਜਾਂ 18 ਸਾਲ ਦੇ ਹੋਈ ਹੈ ਜਾਂ 18 ਦੇ ਹੋਣੇ ਆਲੇ ਨੇ ਜਾਂ 18 ਦੇ ਉੱਪਰ ਵੀ ਹਨ ਉਨਾ ਹੀ ਉਹ ਵੋਟਰ ਕਾਰਡ ਕਿੰਨਾ ਆਨਲਾਈਨ ਤਰੀਕੇ ਨਾਲ ਬਣਾਇਆ ਸਕਦਾ ਹੈ ਇਸ ਬਾਰੇ ਚ ਕੁਝ ਜ਼ਰੂਰੀ ਜਾਣਕਾਰੀ ਜਿਹੜੀ ਇਸੇ ਦੇਣਾ ਜ਼ਰੂਰੀ ਹੈ ਕਿ ਜਨਾਬਾਂ ਦੇ ਕੰਮ ਚ ਸਾਰੇ ਵਿਜੀ ਇਨਕਨ ਨੇ ਕਈ ਵਾਰੀ ਹੁੰਦਾ ਕਿ ਬੱਚਿਆਂ ਨੂੰ ਵੋਟ ਪਾਣ ਦਾ ਸ਼ੌਕ ਵੀ ਹੁੰਦਾ ਪਹਿਲੇ ਪਹਿਲੇ ਵਾਰੀ ਵੋਟ ਪਾਣਾ ਹੁੰਦਾ ਪਰਸਾ ਵੋਟਾਂ ਤੇ ਬਣਾਣ ਤੇ ਰਹੀ ਜਾਂਦੇ ਕਹਿੰਦਾ ਫਿਰ ਦਿਨ ਦਾ ਕੰਮ ਜਿਹੜਾ ਸੇ ਨੀ ਬਣੇ ਪੰਦਾ ਤਾਂ ਇਸ ਵਾਸਤੇ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਿਹੜਾ ਇੰਡੀਆ ਦਾ ਹੈ ਉਹਨਾਂ ਵੋਟਰ ਹੈਲਪਲਾਈਨ ਇੱਕ ਐਪਲੀਕੇਸ਼ਨ ਹੈ ਮੋਬਾਈਲ ਐਪਲੀਕੇਸ਼ਨ ਸਹਤੇ ਨਾਲ ਜਿਹੜੀ ਸ ਹੈ ਬਣਾਈਓ ਜਿਸ ਦੇ ਮਾਧਿਅਮ ਨਾਲ ਤੁਹਾਂ ਜਿਹੜੇ ਸਾਰੇ ਚਾਹੇ ਬੱਚੇ ਨੇ ਚਾਹੇ ਵੱਡੇ ਨੇ ਚਾਹੇ ਬਜ਼ੁਰਗ ਨੇ ਕੋਈ ਵੀ ਹਨ ਸੈ ਆਨਲਾਈਨ ਵੀ ਵੋਟ ਬਣਾ ਸਕਦੇ ਪਰ ਅੱਜ ਜਿਹੜਾ ਮੈਂ ਤੁਹਾਨੂੰ ਇਹ ਗੱਲ ਕਰਨਾ ਵਸ ਜਿਹੜਾ ਸੇ ਮੁੱਖ ਹੈ ਜਿਹੜਾ ਮੇਨ ਜਿਹੜੀ ਕਹਾਣੀ ਹੈ ਸੈ ਜਿਹੜੇ ਜਾਂਦੇ 18 ਸਾਲਾਂ ਦੇ ਬੱਚੇ ਜਿਹੜੇ ਹੋਈ ਹੈ ਜਾਂ ਹੋਣੇ ਆਲੇ ਨੇ ਤਿੰਨਾ ਜਿਹੜਾ ਜੇ ਵੋਟਰ ਅਪਲਾਈਨ ਐਪਲੀਕੇਸ਼ਨ ਦੇ ਮਾਧਿਅਮ ਦੇ ਕਿੰਗਾ ਸੈ ਆਨਲਾਈਨ ਜਿਹੜਾ ਵੋਟ ਬਣਾઈ ਸਕਦੇ ਵੋਟਰ ਕਾਰਡ ਬਣਾઈ ਸਕਦੇ ਇਸ ਬਾਰੇ ਚ ਹਾਂ ਜਿਹੜੀ 10 ਮਿੰਟ ਗੱਲ ਕਰਨੀ ਹੈ ਤਾਂ ਇਹ ਦੇਖਦੇ ਨੇ ਕਿੰਨਾ ਕੰਮ ਹੋਈ ਸਕਦਾ ਤੈਸੇ ਵਾਸਤੇ ਸਭ ਤੋਂ ਪਹਿਲੀ ਜਿਹੜੀ ਮੇਨ ਗੱਲ ਹੈ ਤੂੰ ਹਾਂ ਕੀ ਕਰਨਾ ਹੈ ਪਲੇ ਸਟੋਰ ਪਰ ਜਾਈ ਨਾ ਜਿਹੜਾ ਹੈ ਜਿਹੜੇ ਤੁਹਾਂ ਦੇ ਪਲੇ ਸਟੋਰ ਐਪਲੀਕੇਸ਼ਨ ਹੁੰਦੀ ਉਸ ਪਰ ਜਾਈ ਨਾ ਜਿਹੜਾ ਤੂੰ ਵੋਟਰ ਅਪਲਾਈਨ ਐਪਲੀਕੇਸ਼ਨ ਜਿਹੜੀ ਸર્ચ ਕਰਨੀ ਹੈ ਕਹਨੇ ਵੋਟਰ ਅਪਲਾਈਨ ਐਪਲੀਕੇਸ਼ਨ ਸਰਚ ਕਰਨੇ ਤੇ ਬਾਅਦ ਜਿਹੜਾ ਹੈ ਤੂੰ ਸੇਓ ਇੰਸਟਾਲ ਕਰਨਾ ਸ਼ੁਰੂ ਕਰੀ ਜਾਣਾ ਹੈ ਤਾਂ ਇੰਸਟਾਲ ਕਰਨਾ ਸ਼ੁਰੂ ਕਰੀ ਤਾ ਤਾਂ ਲਗਭਗ ਜਿਹੜਾ ਹੈ ਸੀਓ ਇੰਸਟਾਲ ਕਰਨੇ ਹੋ ਤੁਹਾਂ ਦੇ ਕੋਈ 10 15 ਸਕਿੰਟ ਲੱਗਣੇ ਕੰਨ ਇੰਸਟਾਲ ਹੋਣ ਤੇ ਬਾ ਜਿਹੜੀ ਹੈ ਤੋਹਾ ਇਸਾ ਯੂਜ਼ ਕਰਨਾ ਸ਼ੁਰੂ ਕਰੀ ਜਾਣਾ ਅਲੱਗ ਅਲੱਗ ਮੋਬਾਈਲਾਂ ਚ ਅਲੱਗ ਅਲੱਗ ਤਰੀਕੇ ਨੇ ਵੋਟਰ ਅਪਲਾਈ ਐਪ ਜਿਹੜੀ ਇਸ ਸਾਹਮਣੇ ਸੁਝਦੀ ਕਈਆਂ ਬੱਚਿਆਂ ਵੱਲ ਕਈਆਂ ਵੱਡੇਮ ਲਾਈਫੋਨ ਹੁੰਦਾ ਕਈਆਂ ਵੱਲ ਪਲੇ ਸਟੋਰ ਜਿਹੜੇ ਤੋਂ ਹੁੰਦਾ ਐਂਡਰੋਇਡ ਫੋਨਾਂ ਪਰ ਚੱਲਦਾ ਤੋ ਅਲੱਗ ਅਲੱਗ ਫੋਨਾਂ ਸਭ ਨੇ ਅਲੱਗ ਅਲੱਗ ਤਰੀਕਾ ਹੁੰਦਾ ਪਰ ਜਿਹੜਾ ਮੇਨ ਹੈ ਮੈਂ ਤੁਹਾਨੂੰ ਪਲੇ ਸਟੋਰ ਸਭ ਨੇ ਦੱਸ ਸਕਦਾ ਤਾਂ ਜੀ ਤੂੰ ਆਪ ਇੰਸਟਾਲ ਕੀਤੀ ਉਸ ਤੋਂ ਬਾਅਦ ਤੂੰ ਐਪ ਜਿਹੜੀ ਓਪਨ ਕੀਤੀ ਤਾਂ ਓਪਨ ਕਰਨੇ ਪਰ ਜਿਹੜਾ ਹੈ ਤੂੰ ਇਸ ਆਬੈਨ ਸਿਸਟਮ ਸੁਣਨਾ ਸਾਰਾ ਸਕਰੀਨ ਸਾਹਮਣੇ ਸਾਬੇ ਸੁਜਣੀ ਉਸ ਤੋਂ ਬਾਅਦ ਸਿੱਧਾ ਤੂੰ ਮੋਬਾਈਲ ਨੰਬਰ ਪਾਸਵਰਡ ਦੇ ਬਾਰੇ ਸਾਰੀ ਗੱਲ ਸੁਜਣੀ ਸਾਹਮਣੇ ਪਰ ਕੋਈ ਕਿ ਤੂੰ ਨਵੇਂ ਯੂਜ਼ਰ ਐ ਤੂੰ ਨਵੇਂ ਤਰੀਕੇ ਨਾਲ ਤੂੰ ਸਾਰਾ ਸਟਾਰਟ ਕਰਨਾ ਪੋਣਾ ਤੂੰ ਰਿਸਟ੍ਰੇਸ਼ਨ ਕਰਨਾ ਪੋਣੀ ਜੀ ਤੂੰ ਫੇਸਬੁੱਕ ਤੇ ਆਪਣਾ ਅਕਾਊਂਟ ਬਣਾਉਂਦੇ ਤੀਆਂ ਤੂੰ ਹੰਦਾ ਵੋਟਰ ਬਣਨਾ ਹੈ ਪਰ ਵੀ ਇੱਕ ਅਕਾਊਂਟ ਬਣਨਾ ਤਾਂ ਉਸ ਵਾਸਤੇ ਤੂੰ ਨਿਊ ਯੂਜ਼ਰ ਪਰ ਕਲਿੱਕ ਕਰਨ ਨਿਊ ਯੂਜ਼ਰ ਪਰ ਕਲਿੱਕ ਕਰਕੇ ਤਾਂ ਤੁਹਾਨੂੰ ਮੋਬਾਈਲ ਨੰਬਰ ਪਾਣਾ ਪਊਣਾ ਤਾਂ ਮੈਂ ਇੱਕ ਨੰਬਰ ਜਿਹੜਾ ਹੈ ਫਿਲਹਾਲ ਟੈਂਪਰੇਰੀ ਤੁਹਾਨੂੰ ਪਾਇਨੇ ਦਸੀਂਦਾ ਹੀ ਹੈ ਡੈਮੋ ਦੌਰ ਪਰ ਤੁਹਾਨੂੰ ਦੱਸਾਂਗਾ ਗੱਲਾਂ ਸਾਰੀਆਂ ਤਾਂ ਜੀ ਤੁਹਾਨੂੰ ਫਿਰ ਇਹ ਨੰਬਰ ਪਾਇਨਾ ਸੈਂਡ OTP ਪਰ ਕਲਿੱਕ ਕਰਕੇ ਤੁਹਾਨੂੰ ਵਾਸਤੇ ਫਰਸਟ ਨੇਮ ਲਾਸਟ ਨੇਮ ਆਈ ਜਾਣਾ ਤਾਂ ਮੈਂ ਜਿਹੜਾ ਜੇ ਹੈ ਬੇਸਿਕਲੀ ਤੁਹਾਨੂੰ ਜੀਆਂ ਜੇ ਕੋਈ ਵੀ ਨਾਂ ਐ ਸਮਈਂ ਪਾਇ ਪਾਇਨਾ ਦਸੀ ਤੇ ਉਹ ਸਾਬੇ ਨੇ ਡੈਮੋ ਦੇ ਤਰੀਕੇ ਤੁਹਾਨੂੰ ਮੈਂ ਦੱਸਾਂਗਾ ਸਾਰੀ ਗੱਲਾਂ ਕਨ ਉਸ ਤੇ ਬਾਅਦ ਜਿਹੜਾ ਹੈ ਜਿਹੜਾ ਜੇ OTP ਤੁਹਾਡੇ ਫੋਨ ਨੰਬਰ ਆਇਆ ਹੋਣਾ ਸਹਿਤ ਉਹ ਜ਼ਰੂਰ ਦੇਖਣਾ ਕਹਿੰਦੇ ਉਸਤੇ ਬਾਅਦ ਜਿਹੜਾ ਤੁਹਾਨੂੰ OTP ਭਰ ਹੀ ਦੇਣਾ ਤਾਂ ਮੈਂ ਤੁਹਾਨੂੰ ਸਮਝਾਉਣਾ OTP ਲੱਗੇ ਪਾਣਾ ਜਿਹੜਾ ਜੇ ਮੇਨੂੰ ਜੇ ਫੋਨ ਨੰਬਰ ਸੁਝਿਆ ਪਾਸਵਰਡ ਜਿਹੜਾ ਹੈ ਤੁਹਾੰਦਾ ਘੱਟ ਤੇ ਘੱਟ 8 ਅੱਖਰਾਂ ਦਾ ਹੋਣਾ ਚਾਹੀਦਾ ਪਰ ਪਾਸਵਰਡ ਦੇਖਾ ਸੀ ਥੋੜਾ ਗਲਤ ਪਈ ਆ ਤਾਂ ਸਾਬੇ ਨੇ ਮੈਂ ਸੀ ਉਹ ਥੋੜਾ ਹੋਰ ਵੱਡਾ ਪਾਸਵਰਡ ਕਰੀਂਦਾ ਤਾਂ ਕਿ 8 ਅੱਖਰਾਂ ਦਾ ਹੋਈ ਜਾਓ ਕਹਿੰਦੇ ਉਸਤੇ ਬਾਅਦ ਯੂਜ਼ਰ ਤੋਂ ਹੁੰਦਾ ਬਣਈ ਆ ਯੂਜ਼ਰ ਬਣਨੇ ਤੋਂ ਬਾਅਦ ਫਿਰ ਤੁਹਾਨੂੰ ਲੌਗਇਨ ਕਰਨਾ ਇੱਕ ਵਾਰੀ ਤਾਂ ਜਿਹੜਾ ਜੇ ਫੋਨ ਨੰਬਰ ਪਾਇਆ ਥਾ ਸਹਿਤ ਹਾਂ ਐਂਟਰ ਕਰ ਦਿੱਤਾ ਕਣ ਉਸਤੇ ਬਾਅਦ ਜਿਹੜਾ ਪਾਸਵਰਡ ਜਿਹੜਾ ਮੈਂ ਪਾਇਆ ਥਾ ਜਿਹੜਾ ਤੁਹਾਨੂੰ ਬਣਾਇਆ ਪਾਸਵਰਡ ਸਹਿਤ ਹਾਂ ਸਾਬੇ ਨੇ ਕਰੀਣਾ ਐਂਟਰ ਕਣ ਉਸਤੇ ਬਾਅਦ ਸੈਂਡ ਓਟੀਪੀ ਬਟਨ ਉੱਪਰ ਕਲਿੱਕ ਕਰੀ ਜੀਣਾ ਤਾਂ ਬੇਰੀ ਤੁਹਾਨੂੰ ਲੌਗਇਨ ਕਰਨੇ ਵਾਸਤੇ ਇੱਕ ਓਟੀਪੀ ਜਾਣਾ ਫੋਨ ਨੰਬਰ ਹੁਣ ਸਹਿ ਓਟੀਪੀ ਜਿਹੜਾ ਫਿਰ ਤੁਹਾਨੂੰ ਐਂਟਰ ਕਰਨਾ ਐਂਟਰ ਕਰੀ ਤੇ ਉਸਤੇ ਬਾਅਦ ਲੌਗਇਨ ਨਾਓ ਬਟਨ ਜਿਹੜਾ ਬਣੇ ਇਸ ਪਰ ਕਲਿੱਕ ਕਰਨ ਤਾਂ ਦੇਖਾ ਤੋਹਾਂ ਦਾ ਜਿਹੜਾ ਇਹ ਨਾ ਵੋਟਰਪੈਨ ਐਪ ਖੁੱਲੀ ਆ ਇੰਨ ਤਾਂ ਇਸ ਐਪ ਉੱਚ ਹੀ ਬੜੇ ਬੜੇ ਸਰਵਿਸਾਂ ਲੱਗ-ਲੱਗ ਦਿੱਤੀਆਂ ਜਿਹੜੇ ਵੋਟਰਾਂ ਵਾਸਤੇ ਜਿਹੜੇ ਇਲੈਕਟਰ ਹਨ ਹਾਂਦੇ ਜਿਹੜੇ ਜੇ ਬੱਚਿਆਂ ਚਾਹੇ ਵੱਡੇ ਚਾਹੇ ਕੋਈ ਵੀ ਹਨ ਤੇ ਨਾ ਮਸਲੇ ਅਲੱਗ-ਅਲੱਗ ਸਰਵਿਸਿਜ਼ ਹਨ ਅਲੱਗ-ਅਲੱਗ ਤਰੀਕੇ ਹਨ ਪਰ ਲੇਕਿਨ ਜਿਹੜਾ ਮੇਨ ਕੰਮ ਜਿਹੜੀ ਵੀਡੀਓ ਬਣਾਉਣ ਦਾ ਜਿਹੜਾ ਹੈ ਜਾਂ ਹਾਂਦਾ ਹੈ ਸ ਇਹ ਹੈ ਕਿ ਵੋਟਰ ਜਿਹੜੇ ਨਵੇਂ ਹਨ ਦੇ 18 ਸਾਲਾਂ ਦੇ ਜਿਹੜੇ ਬੱਚੇ ਹੋਈ ਹੈ ਜਾਂ ਹੋਣੇ ਆਲੇਨ ਜਾ ਕੋਈ ਹੋਰ ਵੱਡੇ ਬਜ਼ੁਰਗ ਜਿਹੜੀ ਮੈਂ ਆਪਣਾ ਵੋਟਰ ਕਾਰਡ ਆਨਲਾਈਨ ਕਿੰਿਆ ਬਣਾ ਸਕਦੇ ਤਾਂ ਉਸ ਵਾਰਸ ਤੇਖਾ ਸਾਰ ਤੇ ਮੇਨ ਆਪਸ਼ਨ ਹੈ ਵੋਟਰ ਰਜਿਸਟ੍ਰੇਸ਼ਨ ਵਾਲਾ ਇਹ ਦੇਖਾ ਵੋਟਰ ਰਜਿਸਟ੍ਰੇਸ਼ਨ ਇਹ ਲਿਖ ਹੋਇਆ ਪਹਿਲੇ ਨੰਬਰਾਂ ਪਰੇ ਸੰਤਰੀ ਦੇ ਰੰਗੇ ਜੀ ਇਹ ਦੇਖਾ ਜੇ ਮੈਂ ਇਸ ਪਰ ਕਲਿੱਕ ਕੀਤਾ ਤਾਂ ਦੇਖਾ ਇੱਥੇ ਆਈ ਆ ਅੰਗਰੇਜ਼ੀ ਚ ਲਿਖ ਹੋਈ ਆ ਤਾਂ ਤੁਹਾਨੂੰ ਇਸ ਦੀ ਭਾਸ਼ਾ ਸੈਟਿੰਗ ਉੱਪਰ ਜਾ ਇਹਨਾਂ ਹਿੰਦੀ ਚ ਚੇਂਜ ਕਰ ਸਕਦੇ ਪਰ ਦੇਖਾ ਜਿਹੜਾ ਪਹਿਲਾ ਲਿਖ ਹੋਇਆ ਫਾਰਮ 6 ਇਹ ਆ ਨਿਊ ਵੋਟਰ ਰਜਿਸਟ੍ਰੇਸ਼ਨ ਲਿਖ ਹੋਇਆ ਇੱਥੇ ਜੀ ਜਿਹੜੇ ਵੀ ਨੌਏ ਬੱਚੇ ਨੇ ਜਾਂ ਜਿਨ੍ਹਾਂ ਦਾ ਪਹਿਲੀ ਵਾਰੀ ਵੋਟ ਬਣਾ ਦਾ ਜਿਹੜੇ 17 18 ਦੇ ਹੋਈ ਹੈ ਕਿ 18 ਦੇ ਹੋ ਜਾਂ ਤੋਈ ਚੁੱਕੇ ਹੋ ਆਉਣੇ ਵਾਲੇ ਨੇ ਜਾਂ 18 ਦੇ ਉੱਪਰ ਵੀ ਜਿਹੜੇ ਜਨਾਂ ਦਾ ਪਹਿਲੀ ਵਾਰੀ ਵੋਟ ਬਣਾ ਦਾ ਇਹਨਾਂ ਦਾ ਜਿਹੜਾ ਵੋਟਰ ਕਾਰਡ ਹੈ ਸੈ ਇਸ ਤਰੀਕੇ ਨੇ ਆਨਲਾਈਨ ਬਣਾ ਸਕਦਾ ਤੂੰ ਫਾਰਮ 6 ਉੱਪਰ ਕਲਿੱਕ ਕਰੀ ਜਣ ਕਲਿੱਕ ਕੀਤਾ ਦਿਖਦਾ ਇੱਥੇ ਖੁੱਲੀ ਜਾਂ ਮਾਈ ਨੇਮ ਇਜ਼ ਵੋਟਰ ਮਿੱਤਰਾ ਇੱਕ ਦਿਖਾਈ ਆਨਲਾਈਨ ਇੱਕ ਤੂੰ ਹੈ ਡਿਜੀਟਲ ਅਸਿਸਟੈਂਟ ਦਿੱਤੇ ਆ ਆਨਲਾਈਨ ਅਸਿਸਟੈਂਟ ਤੂੰ ਹੁੰਦਾ ਬਣਾਈ ਦਿੱਤੇ ਆ ਕਰਨਾ ਤੂੰ ਕੁਛ ਨਹੀਂ ਜਸਟ ਤੂੰ ਜਿਹੜਾ ਜਗ੍ਹਾ ਹੈ ਲੈਟਸ ਸਟਾਰਟ ਬਟਨ ਬਣੇ ਐਕਸਲੈਂਸ ਪਰ ਕਲਿੱਕ ਕਰੀ ਜਣਾ ਉਸ ਦੇ ਬਾਅਦ ਪੁੱਛਣਾ ਇੰਨੀ ਤੋਂ ਹੈ ਕਿ ਆਰ ਯੂ ਅਪਲਾਈਂਗ ਫਾਰ ਦਾ ਵੋਟਰ ਆਈਡੀ ਫਸਟ ਟਾਈਮ ਮੈਂ ਜੰ ਹਿੰਦੀ ਚਿਕ ਕਨੇ ਪਾੜੀ ਜੀ ਗਾਲਾਂ ਦਾ ਮਤਲਬ ਇਹ ਹੋਇਆ ਕਿ ਕਿਆ ਤੂੰ ਪਹਿਲੀ ਵਾਰੀ ਲਗੇ ਵੋਟ ਬਣਾਣ ਤਾਂ ਤੂੰ ਕਰੀਣਾ ਯੈਸ ਤਾਂ ਤੂੰ ਯੈਸ ਪਰ ਕਲਿੱਕ ਕਰੀ ਜਣਾ ਕਿਉਂਕਿ ਫਾਰਮ ਛੇ ਜਿਹੜਾ ਸੇ ਪਹਿਲੀ ਵਾਰੀ ਵੋਟਰਾਂ ਦਾ ਬਣਦਾ ਬੇਸਿਕਲੀ ਤੇ ਇਸ ਪਰ ਕਲਿੱਕ ਕਰਨੇ ਬਾਅਦ ਤੂੰ ਨੈਕਸਟ ਪਰ ਕਲਿੱਕ ਕਰੀ ਜਣਾ ਦ ਨੈਕਸਟ ਬਟਨ ਤੇ ਕਲਿੱਕ ਕਰ ਦਿੱਤਾ ਤਾਂ ਤੁਹਾਨੂੰ ਦਾ ਦੇਖਾ ਦਿਨੀ ਪੁੱਛਣਾ ਕਿ ਤੁਹਾਨੂੰ ਦਾ ਸਟੇਟ ਤੁਹਾਨੂੰ ਦਾ ਰਾਜ ਇੱਕ ਹੁੰਦੇ ਆ ਤਾਂ ਤੁਹਾਨੂੰ ਐਰੋਵਰ ਕਲਿੱਕ ਕਰਨਾ ਕਹਿੰਦਾ ਹਿਮਾਚਲ ਪ੍ਰਦੇਸ਼ ਚੁਣੀ ਲੈਣਾ ਆਹੰਦਾ ਆਪਣਾ ਪਿਆਰਾ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਤੁਹਾਨੂੰ ਦਾ ਦੇਖਾ ਤੁਹਾਨੂੰ ਕਾਂਗੜਾ ਚੁਣੀ ਲਿਆ ਉਸ ਹਿਸਾਬ ਵਿੱਚ ਅਗਰ ਕੋਈ ਹੋਰ ਵੀ ਜ਼ਿਲ੍ਹਾ ਦਾ ਕੋਈ ਆਦਮੀ ਇਸ ਵੀਡੀਓ ਦੇਖਾ ਦਊਗਾ ਤਾਂ ਸੇ ਉਹ ਆਪਣੇ ਸਾਹਿਬਾਂ ਦੇ ਜ਼ਿਲ੍ਹਾ ਚੁਣੀ ਲੋ ਕਿ ਜਨਾ ਵਾਸਤੇ ਵੀ ਕੰਮ ਆਈ ਯਾਨੀ ਵੀਡੀਓ ਐਸੈਂਬਲੀ ਕੰਸਟਿਟਿਊਐਂਸੀ ਤੁਹਾਨੂੰ ਦਾ ਵੀ ਜਾਨ ਸਭ ਖੇਤਰ ਹੁੰਦੇ ਆ ਜੀ ਤਾਂ ਦਿਖਾ ਜੀ ਜੇ ਤੁਹਾਨੂੰ ਅਣ ਜਵਾਲਾ ਮੁਖੀ ਦੇ ਤਾਂ ਤੁਹਾਨੂੰ ਜਵ ਤੁਹਾਨੂੰ ওর ਲੋਕ ਆਪਣੇ ਸਾਬਾਂ ਨੇ ਆਪਣੀ ਜਿਹੜੀ ਕਨਸਟੈਂਸੀਸ ਚੁਣੀ ਸਕਦੇ ਡੇਟ ਆਵਰਸ ਜਿਹੜੀ ਹੈ ਸਹ ਆਣ ਇਸ ਪਰ ਕਲਿੱਕ ਕਰਦੇ ਤੋਂ ਡੇਟ ਆਵਰਸ ਪਰ ਦੇਖਾ ਤੁਹਾਨੂੰ ਸਾਹਮਣੇ ਕੈਲੰਡਰ ਦੇ ਖੁੱਲ ਜਾਂਦਾ ਫਿਰ ਸਾਨਾ ਪਰ ਕਲਿੱਕ ਤੁਹਾਂ ਕਰੀਏ ਤਾਂ ਤੁਹਾਂ ਆਪਣੇ ਸਾਬਾਂ ਨੇ ਸਾਨ ਵਿੱਚ ਚੁਣੀ ਸਕਦੇ ਜਿਵੇਂ ਮਨ ਲਿਆ ਮੈਂ 2006 ਚੁਣੀ ਤਾਂ ਡੈਮੋ ਚੱਲੇ ਕੰਨ ਉਸ ਤੋਂ ਬਾਅਦ ਜੀ ਤੁਹਾਂ ਮਨ ਲਿਆ ਮਹੀਨਾ ਸੈੱਟ ਕਰਨਾ ਤਾਂ ਐਰੋਵਰ ਕਲਿੱਕ ਕਰਨ ਮਹੀਨਾ ਸੈੱਟ ਕਰ ਹੀ ਲਿਆ ਤਜਿੰਗੇ ਤੁਹਾਂ ਜੇ ਅਣ ਮਾਰਚ ਪਰ ਅਗਰ ਮੈਨਿ ਲਿਆ 11 ਮਾਰਚ ਦੀ ਗੱਲ ਕਰ ਲੈਂਦੇ ਨਾ 11 ਉੱਪਰ ਕਲਿੱਕ ਕਰੀ ਤੇ ਤਾਂ 11 ਮਾਦ ਵਰਸ਼ੇ ਆਈ ਆ ਅਣ ਨਹੀਂ ਬੋਲਣਾ ਕਿ ਤੁਹਾਂ ਡੇਡੋ ਬਰਤ ਸਿੱਤੀ ਪਰ ਲੇਕਿਨ ਇਹਦਾ ਪ੍ਰੂਫ ਵੀ ਹੈ ਕੋਈ ਕਿ ਨਹੀਂ ਹੈ ਤਾਂ ਡੇਡੋ ਬਰਤ ਵਾਸਤੇ ਡਾਕੂਮੈਂਟ ਉਹ ਐ ਅਪਲੋਡ ਕਰਨਾ ਪੋਣਾ ਕੋਈ ਤਾਂ ਅਪਲੋਡ ਕਰਨੇ ਵਾਸਤੇ ਪਹਿਲੇ ਤੁਹਾਂ ਐਵਰੋਪਰ ਕਲਿੱਕ ਕਰਨਾ ਦੇਖਿਆ ਤਿਆਰ ਹੋ ਬਣੇ ਫਿਰ ਇਸੇ ਲਿਸਟ ਆ ਜਾਂਦੀ ਬੜੀ ਬੜੀ ਕਿ ਤੁਹਾਂ ਕੌਣ ਕੌਣ ਡਾਕੂਮੈਂਟ ਇਸ ਚੀ ਅਪਲੋਡ ਕਰ ਸਕਦੇ ਡੇਡੋ ਬਰਤ ਵਾਸਤੇ ਤਾਂ ਦੇਖਿਆ ਸਾਰ ਤੇ ਵਧੀਆ ਤਾਂ ਹੁੰਦਾ ਕਿ 10ਵੀਂ ਦਾ ਸਰਟੀਫਿਕੇਟ 10ਵੀਂ ਸਰਟੀਫਿਕੇਟ ਵਾਸਤੇ ਤੂੰ ਜਿਹੜਾ ਹੈ ਸਰਟੀਫਿਕੇਟ ਆਫ ਕਲਾਸ 10th ਦਿਖਾਇ ਦਿਖਾਇ ਲਿਖੋਇਆ ਚੌਥੇ ਪੰਨੇ ਉਨਬਰ ਵਰਗਾ ਜਾਇਨ ਨੇ ਤਾਂ ਇਸ ਪਰ ਤੂੰ ਕਲਿੱਕ ਕਰ ਸਕਦੇ ਜਾਂ ਤੂੰ ਦਾ ਡਰਾਈਵਿੰਗ ਲਾਇਸੈਂਸ ਬਣੇ ਬੇ ਛੋਟੇ ਬੱਚਿਆਂ ਦਾ ਬਣਦਾ ਨਹੀਂ 18 ਸਾਲ ਦੇ ਕੱਟ ਆ ਲੈਂਦਾ ਪਰ ਅਗਰ ਤੂੰ ਕੋਲ ਪੈਨ ਕਾਰਡ ਆ ਜਾਂ ਆਧਾਰ ਕਾਰਡ ਤੂੰ ਸੀ ਵੀ ਅਪਲੋਡ ਕਰ ਸਕਦੇ ਪਰ ਮੇਨਲੀ ਜਿਹੜਾ ਤੂੰ ਜ ਕਰਨਾ ਸ ਹੈ ਤੂੰ 10ਵੀਂ ਆਲੇ ਸਰਟੀਫਿਕੇਟ ਤੋਂ ਇਸ ਚੀਜ਼ ਕਰ ਲੈਣਾ ਤਾਂ ਮੈਂ 10ਵੀਂ ਆਲੇ ਪਰ ਕਲਿੱਕ ਕਰ ਦਿੱਤਾ ਤਾਂ ਦਿਖਾਇ ਆਪਸ਼ਨ ਸਿਲੇਕਟ ਹੋਈ ਹੈ ਉਸਤੇ ਬਾਅਦ ਜਿਹੜਾ ਤੂੰ ਲਿਖਿਆ ਜਿਹੜਾ ਤੂੰ ਇਸ ਚੀਜ਼ ਚੂਜ਼ ਕਰ ਉਸੀ ਇਹ ਤੋਂ ਹੈ ਸਰਟੀਫਿਕੇਟ ਜੋ ਅਪਲੋਡ ਵੀ ਕਰਨਾ ਪਉਣਾ ਤਾਂ ਅਪਲੋਡ ਕਰਨ ਵਾਸਤੇ ਦੇਖਿਆ ਕੀ ਤਰੀਕਾ ਤੁਹਾਂ ਇੱਥੇ ਥੱਲੇ ਐਰੋ ਦੇ ਬਣਿਆ ਇੱਕ ਗੰਨੇ ਅਪਲੋਡ ਲਿਖੋਇਆ ਇਸ ਪਰ ਤੁਹਾਂ ਕਲਿੱਕ ਕਰਨਾ ਕਲਿੱਕ ਕਰਨ ਦੇ ਬਾਅਦ ਦੇਖਿਆ ਨਹੀਂ ਬੋਲਨੇ ਕਿ ਤੁਹਾਂ ਦੇ ਅ ਅਪਲੋਡ ਕਰਾਂ ਦੇ ਕਰਨਾ ਕੈਮਰੇ ਨੇ ਫੋਟੋ ਖਿਂਡਣਾ ਤਾਂ ਦਾਤਾ ਜਾਂ ਕਿ ਗੈਲਰੀ ਪਰ ਪਹਿਲੇ ਸੇਵਡ ਹੈ ਪਰ ਮੈਂ ਤੁਹਾਨੂੰ ਸਲਾਹ ਦੂੰ ਤਾਂ ਅਗਰ ਤੁਹਾਂ ਪਹਿਲੇ ਤੇ ਹੀ 3-4 ਚੀਜ਼ਾਂ ਖਿੰਝੀ ਨੇ ਰੱਖੀ ਲੈਣ ਫੋਟੋ ਆਪਣੇ ਵੱਲ ਜਿਹੀਆਂ ਕਿ ਤੁਹਾਂ ਦੇਖਾ ਇੱਕ ਇੱਕ ਤੁਹਾਂ ਦਾ ਦਸਵਿਆਂ ਸਰਟੀਫਿਕੇਟ ਹੋਈ ਦਾ ਫੋਟੋ ਪਹਿਲੇ ਖਿੰਝੀ ਨੇ ਰੱਖੇ ਗੈਲਰੀ ਇਸਨ ਵਾਲੇ ਰੱਖੀ ਲਿਆ ਇੱਕ ਤੁਹਾਂ ਆਪਣਾ ਜਿਹੜਾ ਜੇ ਤੁਹਾਂ ਦਾ ਆਪਣਾ ਪਾਸਪੋਰਟ ਸਾਈਜ਼ ਫੋਟੋ ਦਾ ਇੱਕ ਫੋਟੋ ਖਿਂਜ ਕੇ ਪਹਿਲੇ ਤਰੱਕੀ ਲਿਆ ਇੱਕ ਤੁਹਾਂ ਦਾ ਸਾਈਨ ਵੀ ਅਪਲੋਡ ਹੋਣੇ ਲਗਾ ਉਹਦਾ ਫੋਟੋ ਖਿਂਜ ਕੇ ਰੱਖੀ ਲਿਆ ਇੱਕ ਤੁਹਾਂ ਦਾ ਆਧਾਰ ਕਾਰਡ ਦਾ ਫੋਟੋ ਪਹਿਲੇ ਤੱਕ ਖਿਂਜ ਕੇ ਰੱਖੀ ਲਿਆ ਤਾਂ ਕਿ ਤੁਹਾਂ ਗਾਂ ਜੜੀ ਪਰੇਸ਼ਾਨੀ ਨਾ ਕੋਈ ਉਹ ਆਧਾਰ ਕਾਰਡ ਦਾ ਹੀ ਕਰਨਾ ਪਰ ਥੋੜਾ ਚੱਕਰ ਹੀ ਹੁੰਦਾ ਕਿ ਤੁਹਾਂ ਗਾਂ ਗਣੇ ਪਛਾਣ ਦੋਹੀ ਪਾਸੇ ਦੇਖ ਕੇ ਕਿ ਆਧਾਰ ਨੰਬਰ 21 ਬੱਖੇ ਹੁੰਦਾ ਕਿ ਨਾ ਐਡਰੈਸ 21 ਬੱਖੇ ਦਾ ਦੋਹੀ ਦਾ ਤੁਹਾਂ ਫੋਟੋ ਜਿਹੜਾ ਹੈ ਇੱਕ ਕੰਬਾਈਨ ਕਰਨਾ ਖਿਂਜ ਕੇ ਰੱਖਣਾ ਪੋਣਾ ਕੰਨ ਕਰ ਤੂੰ ਫੇਰ ਵੀ ਕਰ ਨਹੀਂ ਖਿੰਝਨੇ ਪਹਿਲੇ ਸੇਵ ਕਰਨੇ ਰੱਖਣਾ ਚਾਹਦੇ ਗੈਲਰੀ ਚ ਨਹੀਂ ਰੱਖਣਾ ਚਾਹਦੇ ਤੂੰ ਆਨ ਦਾ ਸਪੌਟ ਵੀ ਕੈਮਰੇਜ਼ ਆਪਸ਼ਨ ਚੂਜ਼ ਕਰੀ ਸਕਦੇ ਤੂੰ ਆਨ ਦਾ ਸਪੌਟ ਫੋਟੋ ਖਿੰਝੀ ਸਕਦੇ ਤਾਂ ਫਿਲਹਾਲ ਮੈਂ ਤਾਂ ਗੈਲਰੀ ਚ ਪਹਿਲੇ ਸੇਵ ਕਰਨੇ ਰੱਖ ਲਈ ਇਹ ਡਾਕੂਮੈਂਟ ਤਾਂ ਮੈਂ ਗੈਲਰੀ ਪਰ ਕਲਿੱਕ ਕਰੀਂਦਾ ਤਾਂ ਸਭਨਾਂ ਮੈਂ ਗੈਲਰੀ ਕਲਿੱਕ ਕੀਤੀ ਤੇ ਇੰਨੀ ਬੋਲਣਾ ਕਿ ਤੂੰ ਹਣ ਇਸੇ ਅਲਾਉ ਕਰਨੇ ਪੁੱਛਣਾ ਨਹੀਂ ਤੁਸੀਂ ਵੀ ਅਲਾਉ ਕਰੀਏ ਨਾ ਤਾਂ ਤੂੰ ਅਲਾਉ ਕਰੀਏ ਨਾ ਤਾਂ ਕਿ ਤੂੰ ਫੋਟੋ ਦੇਖੀ ਸਕਣ ਤਾਂ ਦੇਖਿਆ ਮੈਂ ਅਲਾਉ ਕਰੀ ਤਾਂ ਦੇਖਿਆ ਸਾਹਮਣੇ ਤੂੰ ਦੇ ਫੋਟੋ ਆਉਦੇ ਹੋਣੇ ਤਾਂ ਅਣਿਸ਼ ਚੀ ਮਿੰਜੋ ਤੇ ਪ ਤੁਹੇ ਤੁਸੀਂ ਕ੍ਰਾਪ ਕਰ ਸਕਦੇ ਆਪਣੇ ਹਿਸਾਬ ਨਾਲ ਕ੍ਰਾਪ ਤਾਂ ਤੁਹਾਂ ਸਾਰੇ ਹੁੰਦਾ ਹੀ ਹੈ ਬੱਚਿਆਂ ਕਰਨਾ ਕਨੇ ਵੱਡੇ ਮੈਂ ਹੁੰਦਾ ਹੀ ਹੈ ਅੱਜ ਕੱਲ ਤਾਂ ਸਾਰੇ ਫੋਨਾਂ ਦੇ ਮਾਮਲੇ ਚ ਬੜੇ ਤੇਜ਼ ਹਨ ਤਾਂ ਤੁਹਾ ਹਿਸਾਬ ਨਾਲ ਤੁਸੀਂ ਕ੍ਰਾਪ ਕਰੇ ਸਕਦੇ ਤਾਂ ਮੰਨ ਲਿਆ ਕਿ ਮੈਂ ਕ੍ਰਾਪ ਕਰੀ ਤੇ ਠੀਕ ਹੈ ਜੀ ਤਾਂ ਕ੍ਰਾਪ ਆਪਣੇ ਹਿਸਾਬ ਨਾਲ ਤੁਹਾਂ ਇਸ ਜਿਹੜਾ ਹੈ ਕਰੀ ਸਕਦੇ ਅਲੱਗ-ਅਲੱਗ ਤਰੀਕਿਆਂ ਕਰਾਪ ਕਰਨ ਦੇ ਪਰ ਜਿਹੜਾ ਤੁਹਾਂ ਠੀਕ ਸੂਟ ਕਰਦਾ ਹੈ ਉਹ ਹਿਸਾਬ ਨਾਲ ਤੁਹਾਂ ਇਸ ਨੂੰ ਖਿੰਝੇ ਨੇ ਕ੍ਰਾਪ ਕਰੀ ਸਕਦੇ ਤਾਂ ਦੇਖੋ ਮੈਂ ਸਾਬੈਨ ਕ੍ਰਾਪ ਕਰ ਦਿੱਤਾ ਟੈਂਪਰੇਰੀਲੀ ਕਰਨਾ ਹੈ ਤਾਂ ਹਾਂ ਸਿਰ ਜਸਟ ਇੱਕ ਡੈਮੋ ਦੇ 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 ਤਾਂ ਤੁਸੀਂ ਆਪਣੇ ਸਾਬੈਨ ਅਸੀਵ ਕਰ ਸਕਦੇ ਦੇਖੋ ਜੇ ਤੁਹਾਨੂੰ ਪ੍ਰੀਵਿਊ ਚ ਸੁਝਿਵ ਜਾਣਾ ਕਿ ਕੁਝ ਟਾਈਪ ਦਾ ਤੁਹਾਨੂੰ ਡਾਕੂਮੈਂਟ ਸਾਹਮਣੇ ਆਇਆ ਤਾਂ ਪ੍ਰੀਵਿਊ ਕਰਨ ਤਾਂ ਪ੍ਰੀਵਿਊ ਕਰਨ ਦੇਖੀ ਵੀ ਸਕਦੇ ਕਲਿੱਕ ਕਰਤੇ ਪ੍ਰੀਵਿਊ ਇੰਗੇ ਸੁਝਿ ਜਾਣਾ ਕੰਨ ਕਰਨੀ ਦਿਖਾਣਾ ਤਾਂ ਇਹ ਛੋਟੇ ਸਾਈਜ਼ ਦੇ ਸਾਹਮਣੇ ਸੁਝਦਾ ਹੀ ਹੈ ਤਾਂ ਇਹ ਸਾਬੈਨ ਅਪਲੋਡ ਹੋਈ ਹੈ ਗਾ ਫਿਰ ਤੁਸੀਂ ਨੈਕਸਟ ਪਰ ਕਲਿੱਕ ਕਰੀਣਾ ਅਣ ਦੇਖਾ ਫੋਟੋ ਦੀ ਗੱਲ ਆਈ ਕਿ ਤੁਹਾਨੂੰ ਆਪਣਾ ਫੋਟੋ ਜਿਹੜਾ ਤੁਹਾਨੂੰ ਦਾ ਫੋਟੋ ਜਿਹੜਾ ਹੈ ਜਿਹੜਾ ਤੁਹਾਂ ਚਾਨ ਦੇਖੀਏ ਮੇਰੇ ਵੋਟਰ ਕਾਰਡ ਉੱਪਰ ਦੇ ਆ ਫੋਟੋ ਸੁਝੋ ਮੇਰਾ ਵਧੀਆ ਬੈਂਕਾ ਫੋਟੋ ਜਿਹੜਾ ਤੁਹਾਂ ਇਸ ਚ ਅਪਲੋਡ ਕਰਨਾ ਤਾਂ ਕਈ ਅਪਲੋਡ ਕਰਨਾ ਤੁਹਾਂ ਅਪਲੋਡ ਪਿਕਚਰ ਉੱਪਰ ਕਲਿੱਕ ਕਰਨੀ ਜੀ ਇਹਦੇ ਪਹਿਲੇ ਕੀਤੀ ਉਸ ਤੋਂ ਬਾਅਦ ਜੀ ਹਾਂ ਜੇ ਤੁਹਾਂ ਇਸ ਉੱਪਰ ਕਲਿੱਕ ਕਰ ਗਏ ਤਾਂ ਤੋਂ ਹੁੰਦਾ ਜਿਹੜਾ ਜਿਹਾ ਹੈ ਕਈ ਵਾਰੀ ਐਪ ਚ ਥੋੜਾ ਜਿਹੀ ਦਿੱਕਤ ਆਉਂਦੀ ਐ ਅਪਲੋਡ ਕਰਨੇ ਚ ਪਰ ਲੇਕਿਨ ਤੁਹਾਨੂੰ ਇਸ ਚ ਘਬਰਾਣਾ ਨਹੀਂ ਕਈ ਵਾਰੀ ਆਪਸ਼ਨ ਜਿਹੜਾ ਜੇ ਐ ਇਹ ਅੱਗੇ ਪਿੱਛੇ ਹੋ ਜਾਂਦਾ ਪਰ ਅਣਜੀਆ ਜਿਹੜੀ ਆਈ ਐ ਸਾਹਮਣੇ ਗੈਲਰੀ ਪਰ ਕਲਿੱਕ ਕੀਤਾ ਕਹਿੰਦੇ ਫੋਟੋ ਪਹਿਲੇ ਦੇਖਾਂ ਮੈਂ ਪਹਿਲੇ ਤਰ੍ਹਾਂ ਕਿ ਬਣਾਈ ਨਹੀਂ ਤੇ ਫੋਟੋ ਜਿਹੜਾ ਮੈਂ ਇਸ ਜੀ ਅਪਲੋਡ ਕਰਾਈ ਤਿਆ ਜੈਂਡਰ ਮੇਲ ਫੀਮੇਲ ਦੋਮਣਾਂ ਸਾਬ ਨੇ ਭਰ ਲੈਣਾ ਕੰਨੇ ਨਾਂ ਜੀ ਮਨਿ ਲਿਆ ਮੈਂ ਸ਼ਿਵਾਂਗ ਕਰੀਤੇ ਤੀ ਤਾਂ ਅਗਲੇ ਪਰ ਕਲਿੱਕ ਕਰਕੇ ਤਾਂ ਹਿੰਦੀ ਚ ਭੂ ਲਿਖੀ ਨਹੀਂ ਆ ਜਾਂਦਾ ਜਿਹੜਾ ਤੂੰ ਪਰ ਲਿਖ ਗਿਆ ਸਪੈਲਿੰਗ ਉਹ ਤਾਂ ਹਿੰਦੀ ਚ ਆਪੋ ਹੀ ਬਣੀ ਨੇ ਆਈ ਜਾਂਣਾ ਕੋਈ ਚੇਂਜ ਤੂੰ ਕਰਨਾ ਚਾਹੁੰਦੇ ਹੋ ਤਾਂ ਇਸ ਪਰ ਤੂੰ ਬੈਕਸਪੇਸ ਦੱਬੀ ਨੇ ਜਿਹੜਾ ਜੇ ਆਪਣੇ ਸਾਬ ਨੇ ਹਿੰਦੀ ਵਰਜਨ ਚੂਜ਼ ਕਰਨਾ ਆਪੋ ਹੀ ਲਿਖ ਸਕਦੇ ਨਾ ਇੱਥੇ ਠਾਈ ਨੇ ਸੀ ਪਰ ਜਿਹੜਾ ਮਿੰਜੋ ਜੀ ਨਾਂ ਸਪੈਲਿੰਗ ਸਭ ਬੈਨ ਠੀਕ ਲੱਗ ਗਈ ਤਾਂ ਉਹ ਸਭ ਬੈਨ ਤੂੰ ਸੀ ਜਿਹੜਾ ਜੇ ਮਤਲਬ ਕਿ ਮੈਂ ਇਸੇ ਚੇਂਜ ਕਰਨਾ ਨਹੀਂ ਚਾਹੁੰਦਾ ਤਾਂ ਠੀਕ ਹੈ ਹੁਣ ਵੀ ਕਨ ਕਰ ਤੂੰ ਚੇਂਜ ਕਰਨਾ ਤਾਂ ਤੂੰ ਬੈਕਸਪੇਸ ਦੱਬੀ ਨੇ ਆਪੋ ਜਿਹੜਾ ਲਿਖੀ ਨੇ ਕੁਝ ਹੋਰ ਵੀ ਕਰ ਸਕਦੇ ਕਹਿੰਨਾ ਕਰ ਨਹੀਂ ਕਰਨਾ ਤਾਂ ਆਟੋਮੈਟਿਕਲੀ ਤਾਂ ਆਉਦਾ ਹੀ ਹੈ ਉਸ ਤੇ ਕਾ ਸਰਨੇਮ ਆਈਏ ਤਾਂ ਹੁੰਦਾ ਤਾਂ ਇਸ ਮੁੰਡੇ ਦਾ ਸਰਨੇਮ ਕੋਈ ਥਾ ਨਹੀਂ ਤਾਂ ਸਭ ਦਾ ਮਤਲਬ ਕਿ ਮੈਸੀ ਖਾਲੀ ਛਡਿ ਦਿੱਤੇ ਆਧਾਰ ਨੰਬਰ ਤੋਂ ਐਡ ਕਰਨਾ ਤਾਂ ਆਧਾਰ ਨੰਬਰ ਜਿਹੜਾ ਤੋਂ ਇਸੀ ਐਡ ਕਰ ਸਕਦੇ ਕਹਿੰਨਾ ਕਰ ਜੇ ਤੁਹਾਡੇ ਕੋਲ ਆਧਾਰ ਨੰਬਰ ਨਹੀਂ ਹੋ ਤਾਂ ਜਿਹੜਾ ਤੋਂ ਮਤਲਬ ਇਸ ਪਰ ਟਿਕ ਲਗਾਈ ਦੇ ਕਿ ਮੇਰੇ ਕੋਲ ਹਲਤੀਆਂ ਆਧਾਰ ਨੰਬਰ ਨਹੀਂ ਹੈ ਤਾਂ ਮਨੇ ਲੇ ਕੇ ਮੇਰੇ ਕੋਲ ਮੈਂ ਮੰਨ ਲਿਆ ਕਿ ਮੇਰੇ ਕੋਲ ਨਹੀਂ ਹੈ ਠੀਕ ਹੈ ਤਾਂ ਮੈਸੀ ਨਹੀਂ ਕਰਦਾ ਅਪਲੋਡ ਅਗਰ ਜੇ ਉਹ ਉਂਗਾ ਤੋਂ ਹਵਲ ਤਾਂ ਤੁਹਾ ਅਧਾਰ ਨੰਬਰ ਇੱਥੇ ਐਂਟਰ ਕਰ ਲੈਣਾ ਉਸ ਤੋਂ ਬਾਅਦ ਮੋਬਾਈਲ ਨੰਬਰ ਆਈ ਜਾਂ ਚਲੋ ਮੋਬਾਈਲ ਨੰਬਰ ਤਾਂ ਮੈਂ ਕਰ ਹੀ ਦਿੰਦਾ ਐਂਟਰ ਫਿਲਹਾਲ ਡੈਮੋ ਵਾਸਤੇ ਤਾਂ ਇਹ ਜਿਹੜਾ ਮੈਂ ਐਂਟਰ ਕਰ ਦਿੱਤਾ ਉਹ ਸਾਬਾ ਨੇ ਕਰਾਉਦੇ ਅੰਜੀਆਂ ਕਰਜਮਤ ਤੁਹਾਨੂੰ ਆਪਣਾ ਨੰਬਰ ਨਹੀਂ ਕੋਈ ਉਹ ਤਾਂ ਤੁਹਾ ਮੋਬਾਈਲ ਨੰਬਰ ਆਫ ਰਿਲੇਟਿਵ ਮਤਲਬ ਮਾਤਾ ਪਿਤਾ ਮੰਮੀ ਪਾਪਾ ਕੋਈ ਸੀ ਦਾ ਜਿਹੜਾ ਐ ਭਾਈ ਭੈਣ ਕੋਈ ਵੱਡੇ ਅੰਤੇ ਦਾ ਮੋਬਾਈਲ ਨੰਬਰ ਐਂਟਰ ਕਰ ਸਕਦੇ ਉਹ ਸਾਬਾ ਨੇ ਕਹਿੰਨਾ ਤੁਹਾਂ ਗਾ ਕੋਈ ਮੇਲ ਆਈਡੀ ਵੀ ਤਾਂ ਮੇਲ ਆਈਡੀ ਵੀ ਇੰਟਰ ਕਰ ਸਕਦੇ ਉਸ ਤੋਂ ਬਾਅਦ ਜਿਹੜਾ ਜੇ ਤੁਹਾਂ ਅਗਰ ਜੇ ਇਹ ਨਹੀਂ ਕਰਨਾ ਇੰਟਰ ਤਾਂ ਗਾ ਤੁਹਾਂ ਜਿਹੜਾ ਹੈ ਡਿਸੇਬਿਲਟੀਜ਼ ਆਪਸ਼ਨ ਆਉਦਾ ਡਿਸੇਬਿਲਟੀ ਮਤਲਬ ਕਿ ਤੁਹਾਂ ਕੋਤੀਤੇ ਅਪੰਗਤਾ ਨਹੀਂ ਤੁਹਾਂ ਦੇ ਵਿਆੰਗ ਜਾਂ ਚਿਤ ਨਹੀਂ ਆਉਂਦੇ ਤਾਂ ਸਭਾਂ ਜਿਹੜਾ ਜੇ ਮਤਲਬ ਕਿ ਤੁਹਾਂ ਅਗਰ ਕੋਈ ਇਸ ਚੀਜ਼ ਨਹੀਂ ਹੈ ਤਾਂ ਤੁਹਾਂ ਟਿੱਕ ਲਗਾਣਾ ਰਣੀ ਹੈ ਨਾ ਕਿਉਂਕਿ ਕੋਈ ਸਮੱਸਿਆ ਤਾਂ ਤੁਹਾਂ ਜਿਹੜਾ ਇਸ ਪਰ ਟਿੱਕ ਲਗਾ ਸਕਦੇ ਫਿਰ ਤੁਹਾਂ ਨੈਕਸਟ ਪਰ ਕਲਿੱਕ ਕਰੀ ਜਣ ਉਸ ਤੋਂ ਬਾਅਦ ਰਿਲੇਸ਼ਨ ਟਾਈਪ ਆਇਆ ਇੱਕ ਆਪਸ਼ਨ ਇਸ ਚੀਜ਼ ਤੋਂ ਘਬਰਾਣਾ ਨਹੀਂ ਕਿ ਪਤਾ ਨਹੀਂ ਕਿਸ ਟਾਈਪ ਦਾ ਰਿਲੇਸ਼ਨ ਦੇ ਬਾਰੇ ਵਿੱਚ ਪੁੱਛਾਦੇ ਹੋਣ ਇਸ ਚੀਜ਼ ਬੇਸਿਕਲੀ ਇਹ ਹੈ ਕਿ ਜਿੰਹਾਂ ਦੇ ਕੋਈ ਛੋਟਾ ਵੱਡਾ ਜਾਂ ਕੋਈ ਹੋਰ ਨਵਾਂ ਆਦਮੀ ਜਿਹੜਾ ਪਹਿਲੀ ਵਾਰੀ ਦਾ ਆਪਣਾ ਵੋਟਰ ਕਾਰਡ ਲਗਦਾ ਬਣਾਣਾ ਤਾਂ ਉਸ ਚੀਜ਼ ਦੀ ਜ਼ਰੂਰੀ ਹੁੰਦੀ ਕਿ ਕੀ ਉਹ ਸੀ ਉਹ ਉਸਦੇ ਘਰਾਂ ਦੇ ਨੇੜੇ ਤੇ ਜਿਹੜੇ ਉਹਦੇ ਘਰਾਂ ਚ ਹੀ ਕੁਝੀ ਹੋਰ ਸੀ ਆਦਮੀ ਜਿਹੜਾ ਜਿਹਾ ਆਧਾਰ ਕਾਰਡ ਸੋਰੀ ਵੋਟਰ ਕਾਰਡ ਬਣਾਇਆ ਕਿ ਨਹੀਂ ਬਣਾਇਆ ਤਾਂ ਜਿੰਨੀ ਜੇ ਬਣਿਆ ਸਪੈਸ਼ਲੀ ਮਾਤਾ ਪਿਤਾ ਦਾ ਵੋਟਰ ਕਾਰਡ ਬਣਿਆ ਹੋਣਾ ਕਿਸੇ ਨਾ ਕੋ ਸਿੱਧਾ ਜਾਂ ਘਰੇ ਲਾੜੀ ਦਾ ਬਣਿਆ ਹੋਣਾ ਜਾਂ ਕੋਈ ਔਰ ਲੀਗਲ ਗਾਰਡਨ ਮਤਲਬ ਜਿੰਨ ਕੋ ਨਹੀਂ ਗੋਦ ਲਈ ਹੁੰਦੇ ਬੱਚੇ ਤੇ ਕਈ ਵਾਰੀ ਕਈ ਵਾਰੀ ਕੋਈ ਔਰ ਜਿਨ੍ਹਾਂ ਦੇ ਮਾਤਾ ਪਿਤਾ ਕੋਈ ਘਰੇ ਅਗਰ ਜੇ ਕੋਈ ਕਾਰਨਾਂ ਤੇ ਅਗਰ ਜੇ ਨੀਰੇ ਹੋਣ ਵਿੱਚ ਕਈ ਸਮੱਸਿਆਵਾਂ ਕਾਰੀ ਜੀ ਪੈਦਾ ਹੋ ਜਾਂਦੀਆਂ ਤਾਂ ਉਹਨਾਂ ਦੀ ਜਗ੍ਹਾ ਕੋਈ ਲੀਗਲ ਗਾਰਡਨ ਵੀ ਹੁੰਦਾ ਕਈ ਵਾਰੀ ਤਾਂ ਤੁਹਾਂ ਜਿਹੜੇ ਜੇ ਮਤਲਬ ਕਿ ਮੁੱਖੇ ਤੌਰ ਪਰ ਮੇਨਲੀ ਜਿਹੜਾ ਤੁਹਾਂ ਦਾ ਕੰਮ ਹੈ ਇਸ ਜੀ ਸਕੇ ਆਏ ਕੀ ਤੁਹਾਂ ਫਾਦਰ ਜਾਂ ਕੁਸੀ ਪਰ ਜਿਹੜਾ ਕਲਿੱਕ ਕਰੀ ਜਣ ਕੰਨੇ ਉਸ ਤੋਂ ਬਾਅਦ ਜਿਹੜਾ ਜ ਮਤਲਬ ਕਿ ਤੁਹਾਂ ਇਹ ਪੰਗ ਜੀਆਂ ਨੇਮ ਆਫ ਰਿਲੇਟਿਵ ਤੁਹਾਂ ਪਾਈ ਤੇ ਆ ਯਾ ਮਤਲਬ ਕਿ ਤੁਹਾਂ ਲੀਗਲ ਗਾਰਡਨ ਪਾਈ ਤੇ ਮਨ ਲਿਆ ਤਾਂ ਲੀਗਲ ਗਾਰਡਨ ਮਨ ਲਿਆ ਕਿ ਮੈਂ ਇਸ ਟਿ ਫਿਲਾਲ ਆਪਣਾ ਹੀ ਇਹ ਐਡ ਕਰਿੰਦਾ ਡੈਮੋ ਦੇ ਤੌਰ ਪਰ ਤਾਂ ਇੰਦੀ ਚ ਅਪੂ ਆਈ ਠੀਕ ਹੈ ਉਸ ਆ ਬੈਨ ਲਾਸਟ ਨੇਮ ਤਾਂ ਪਾਈ ਸਕਦੇ ਮਤਲਬ ਉਸ ਆ ਬੈਨ ਤੁਹਾਂ ਜੇ ਪਾਣਾ ਤੁਹਾਂ ਮਤਲਬ ਕਿ ਬਪਾਣਾ ਮਾਤਾ ਪਿਤਾ ਕੋਸੀ ਦਾ ਜਿਹੜਾ ਵੀ ਤੁਹਾਂ ਲੱਗਦਾ ਸਟੇਬਲ ਸਿਲੈਕਟ ਕਰਨਾ ਨਾ ਇੱਥੇ ਪਾਈ ਲੈਣਾ ਮੈਂ ਤੁਹਾਨੂੰ ਡਾਇਮੰਡ ਦਵਾ ਬਿਲਹਾਲ ਦਾ ਸਦਾ ਹੈ ਇਕੱਲਾ ਉਸ ਤੇ ਬਾਤ ਉਹ ਜਿਹੜਾ ਜੇ ਐਡਰੈਸ ਐਡਰੈਸ ਦਾ অপਸ਼ਨ ਆਈ ਜਾਣਾ ਦਾ ਐਡਰੈਸ ਦੇਖਾ ਤੁਹੰਦਾ ਹਾਊਸ ਨੰਬਰ ਅਗਰ ਤੁਹਾਨੂੰ ਕੋਈ ਹੈ ਜੀ ਮਨੇ ਲਿਆ ਕਿ ਮੈਂ ਇੱਥੇ 105 ਕਰੀਤ ਮਹਰਤ ਹੁੰਦਾ ਉਸ ਨੰਬਰ ਕੋਈ ਹੋਰ ਹੂੰਗਾ ਅਗਰ ਨਹੀਂ ਹੂੰਗਾ ਤਾਂ ਫਿਲਹਾਲ ਤੁਹਾਨੂੰ ਖਾਲੀ ਵੀ ਛੱਡ ਸਕਦੇ ਪਰ ਹੁੰਦਾ ਕਿ ਇਹ ਹਾਊਸ ਨੰਬਰ ਤੁਹਾਨੂੰ ਕੋਈ ਮਿਲੀ ਜਾਣਾ ਤਾਂ ਹੁੰਦੇ ਮम्मी पापा ਕੋਈ ਦੇ ਵੋਟਰ ਰਿਕਾਰਡ ਪਰ ਮਕਾਨ ਸੰਖਿਆ ਕਰੀ ਸੰਖਿਆ ਹੋਈ ਹੁੰਦੀ ਤਾਂ ਉਸ ਤੇ ਵੀ ਲਿਖ ਸਕਦੇ ਸੰਖਿਆ ਕਨ ਅਗਰ ਜੇ ਨੀਅਰ ਕਰ ਜੇ ਮਿਲ ਕੂਸੀ ਕਨ ਆ ਰਹੇ ਤਾਂ ਇਸੇ ਛੱਡੀ ਵੀ ਸਕਦੇ ਪਰ ਲੇਕਿਨ ਇੱਕ ਹੀ ਜ਼ਰੂਰੀ ਤੌਰ ਤੇ ਤੁਹਾਂ ਪਾਈ ਲੈਣਾ ਉਸਤੇ ਬਾਅਦ ਐਡਰੈਸ ਜਿਹੜਾ ਜਿਹਦਾ ਮਤਲਬ ਤੁਹਾਂ ਆਪਣੇ ਹਿਸਾਬ ਨਾਲ ਜਿਹੜਾ ਸਟਰੀਟ ਏਰੀਆ ਲੋਕੇਲਿਟੀ ਮੋਹੱਲਾ ਕੋਈ ਤੁਹਾਂ ਦਾ ਨਾਮ ਸੜਕਾ ਦਾ ਨਾਮ ਹੁੰਦਾ ਏਰੀਆ ਦਾ ਨਾਮ ਕੋਈ ਪਾਰਟਿਕੂਲਰ ਹੁੰਦਾ ਤਾਂ ਸਸੇ ਤੁਹਾਂ ਇਸ ਚੀ ਪਾਈ ਲੈਣਾ ਜੀਆ ਜੇ ਮਤਲਬ ਕਿ ਮੈਂ ਇਸ ਚ ਲਿਖਿੰਦਾ ਕੋਈ ਆਪਸ਼ਨ ਨੰਬਰੰਪੂਰੀ ਮੋਹੱਲਾ ਇਥੇ ਉਹਦੇ ਨੇੜੇ ਦੇ ਜਗ੍ਹਾ ਕੋਤੇ ਨੇ ਕੋਤੇ ਮਿਲਿਆਣੀ ਕਨ ਮਨਿਲੀਆ ਇਹ ਅਗਰ ਜਿਤਲੇ ਹੋਈਂਦੀ ਅੰਗਰੇਜ਼ੀ ਚ ਲਿਖਿਆ ਉੱਪਰ ਤਾਂ ਹਿੰਦੀ ਚ ਪੂ ਯਾ ਮੰਨ ਰਿਆ ਮੈਂ ਲਿਖਿੰਦਾ ਅਜੀਆਂ ਜੇ ਮੈਂ ਲਿਖਿੰਦਾ ਦਰੰਗ ਤਾਂ ਇੱਥੇ ਡਰੰਗ ਕਰਨਾਈ ਜੇ ਤਾਂ ਦੋ ਦੀ ਜਗ੍ਹਾ ਦੋ ਹੋਣਾ ਸਭ ਇਸ ਤਿਹੇ ਜਿਹੜੇ ਸਪੈਲਿੰਗ ਆ ਸਾਬਨੇ ਤਾਂ ਇਸ ਦੋ ਤਾਂ ਦੋ ਵੀ ਬਣਾਏ ਸਕਦੇ ਤੁਹਾ ਤਾਂ ਉਹ ਸਾਬਨੇ ਦਿਖਾ ਮੈਂ ਇਥੇ ਦੋ ਗ੍ਰੀਤਿਆ ਤਾਂ ਇਹ ਤੁਹਾਂ ਮਤਲਬ ਕਿ ਜੋ ਛੋਟੀ ਮੋਟੀ ਕਰੈਕਸ਼ਨ ਕਰਨੀ ਹੁੰਦੀ ਹੈ ਜੀ ਆਪਣੇ ਸਾਬਨੇ ਕਰੀ ਸਕਦੇ ਉਸ ਤੋਂ ਬਾਅਦ ਜਿਹੜਾ ਜੇ ਮਤਲਬ ਜਵਾਲਾਮੁਖੀ ਲਿਖਿੰਦੇ ਨੇ ਇੱਥੇ ਆਹ ਤਾਂ ਜਵਾਲਾਮੁਖੀ ਜਿਹੜਾ ਹੈ ਉਹ ਸਾਬਨੇ ਆਈ ਜਾਣਾ ਇੰਦੀ ਅੱਜ ਪੋਣੇ ਨੇ ਆਈ ਇਹ ਦਿਖਾ ਫੇਰੀ ਪੋਸਟ ਆਫਿਸ ਫੇਰ ਦਿੱਕਤ ਹੁੰਦਾ ਜਵਾਲਾਮੁਖੀ ਹੈ ਤਾਂ ਮੈਂ ਜਵਾਲਾਮੁਖੀ ਲਿਖਿੰਦਾ ਉਸਾਬਨ ਜਵਾਲਾਮੁਖੀ ਆਈ ਹੈ ਪਿੰਨ ਕੋਡ 176031 ਕਰਿੰਦਨ ਠੀਕ ਹੈ ਜੀ ਤਹਿਸੀਲ ਤੋਂ ਦੀ ਜਵਾਲਾਮੁਖੀ ਆਈ ਹੈ ਮੰਨੀ ਲਿਆ ਉਸਾਬਨ ਜਵਾਲਾਮੁਖੀ ਆਈ ਹੈ ਉਸ ਤੋਂ ਬਾਅਦ ਜਿਹੜਾ ਹੁੰਦਾ ਐਡਰੈਸ ਪ੍ਰੂਫ ਹਣ ਤੁਹਾਨੂੰ ਐਡਰੈਸ ਤਾਂ ਲਿਖੀ ਤਾਂ ਉਸ ਦਾ ਪ੍ਰੂਫ ਕਿਆ ਤਾਂ ਪ੍ਰੂਫਾ ਵਾਸਤੇ ਤੁਹਾਨੂੰ ਦਾ ਮੁੱਖ ਤੌਰ ਪਰ ਜਿਹੜਾ ਤੁਹਾਨੂੰ ਦਾ ਜਿਹੜਾ ਮੇਨ ਹੈ ਤੁਹਾਨੂੰ ਦਾ ਆਧਾਰ ਕਾਰਡ ਚੱਲੀ ਪਉਦਾ ਰਾਸ਼ਨ ਕਾਰਡ ਵੀ ਚੱਲੀ ਪਉਣਾ ਤੁਹਾਨੂੰ ਦਾ ਆ ਦੇਖ ਲੈਣ ਦੇ ਲਿਸਟ ਕੋਣ ਕੋਣ ਆਈ ਦੇਖਾ ਕਿਦਾਂ ਸਾਰਾ ਲਿਸਟ ਆਈ ਕੋਈ ਵੀ ਤੁਹਾਨੂੰ ਚੇ ਅਪਲੋਡ ਕਰ ਸਕਦੇ ਪਰ ਮੇਨ ਜਿਹੜਾ ਹੈ ਤੁਹਾਨੂੰ ਦੇਖਾ ਜਾਈਆਂ ਆ ਯੂ ਆਧਾਰ ਕਾਰਡ ਲਿਖੋਇਆ ਇੱਥੇ ਪਾਸਪੋਰਟ ਦਾ ਕੋਈ ਸੀਵਲ ਹੁੰਦਾ ਕੋਈ ਸੀਵਲ ਨਹੀਂ ਵੀ ਹੋਣਾ ਤਾਂ ਤੁਹਾਨੂੰ ਦੇਖਾ ਮੇਨ ਆਧਾਰ ਕਾਰਡ ਆਈ ਹੈ ਤੇ ਇਹ ਤਾਂ ਵੈਸੇ ਬਿਜਲੀ ਦਾ ਕਨੈਕਸ਼ਨ ਅੱਜ ਵੀ ਗੱਲ ਕੀਤੀ ਇਲੈਕਟ੍ਰਿਟੀ ਕਨੈਕਸ਼ਨ ਲਿਖੋਇਆ ਬਾਟਰ ਕਨੈਕਸ਼ਨ ਲਿਖੋਇਆ ਪਾਣੀ ਦਾ ਕਨੈਕਸ਼ਨ ਲੇ ਦੋ ਦਾ ਪਰ ਮੇਨ ਸਾਰੇ ਮੇਲੇ ਜਿਹਾ ਲੱਗੇ ਆ ਆਧਾਰ ਕਾਰਡ ਜਿਹੜਾ ਸਿਆ ਹੁੰਦਾ ਹੀ ਹੈ ਤਾਂ ਤੁਹਾਨੂੰ ਜਿਹੜਾ ਜੇ ਹੈ ਆਧਾਰ ਕਾਰਡ ਕਲਿੱਕ ਕਰੀ ਨਾ ਕਹਨੇ ਸਦਾ ਬਣੇ ਹੋਣਾ ਤਾਂ ਸੈਪ ਅਪਲੋਡ ਕਰੀ ਨਾ ਕਨੇ ਅਗਰ ਫਿਰ ਜ ਨਹੀਂ ਮਿਲ ਲੋ ਕੋ ਸਿਕਨਾਰ ਤਾਂ ਕਈ ਵਾਰੀ ਤੁਹਾਹਾਂ ਬਲ ਬਿਜਲੀ ਇਹ ਕਨੈਕਸ਼ਨ ਦਾ ਆਉਂਦਾ ਸਿਸਟਮ ਸਾਰਾ ਕਾਗਜ਼ ਹੁੰਦੇ ਬਾਣੇ ਤੇ ਅਪਲੋਡ ਕਰ ਸਕਦੇ ਪਰ ਆਧਾਰ ਕਾਰਡ ਤੋਂ ਹੁੰਦਾ ਚਲੀ ਪੋਣਾ ਪਾਣੀ ਦਾ ਕਨੈਕਸ਼ਨ ਕਰ ਸਕਦੇ ਪਰ ਜਿਹੜੇ ਨੂੰ ਗੱਲ ਦੱਸੀ ਕਿ ਮੇਨਲੀ ਜਿਹੜਾ ਆਧਾਰ ਕਾਰਡ ਤੋਂ ਹੁੰਦਾ ਕੰਮ ਇਸਨੇ ਚਲੀ ਪੋਣਾ ਤਾਂ ਆਧਾਰ ਕਾਰਡ ਦੀ ਕਾਪੀ ਦਿਖਾ ਪਹਿਲੇ ਤੇ ਖਿੱਚੀ ਨੇ ਰੱਖੀ ਤਾਂ ਸੈ ਜਿਹੜੀ ਤੁਹਾਨੂੰ ਇੱਥੇ ਅਪਲੋਡ ਕਰਨੀ ਹੈ ਤਾਂ ਉਸ ਵਾਸਤੇ ਕਲਿੱਕ ਕੀਤਾ ਕਨੇ ਗੈਲਰੀ ਪਰ ਚਲੀ ਹੈ ਕਨਿਆ ਆਧਾਰ ਕਾਰਡ ਦਿਖਾ ਮੈਥੇ ਅਪਲੋਡ ਲਾਇਆ ਕਰਨਾ ਹੁਣ ਤਾਂ 1 ਮਿੰਟ ਜ਼ਰਾ ਜੀ ਅਪਲੋਡ ਕਰਨੇ ਵਾਸਤੇ ਜਿਹੜਾ ਜਿੱਥੇ ਆਪਸ਼ਨ ਆਉਦਾ ਗੈਲਰੀ ਪਰ ਜਾਇਨੇ ਕ੍ਰੋਪ ਕਰਨੇ ਵਾਸਤੇ ਦੇ ਇਹਦਾ ਤਾਂ ਕ੍ਰੋਪ ਦੀ ਜ਼ਰੂਰਤ ਨਹੀਂ ਜੇ ਇੱਥੇ ਲਗਾ ਦੇ ਨਹੀਂ ਕਰਨੇ ਮੈਂ ਤੇ ਜਸਟ ਟਿਕ ਕਰਨਾ ਕਰਨੇ ਦਿਖਾ ਕ੍ਰੋਪ ਦੇ ਕਰਨ ਦੇ ਬਜਾਏ ਸਿੱਧੇ ਆਈ ਆਧਾਰ ਕਾਰਡ ਕਨ ਐ ਸਾਹਮਣੇ ਸੁੱਝਦਾ ਵੀ ਹੈ ਤੁਹੇ ਇੱਥੇ ਇੱਕ ਕਿਨਾਰਾ ਛੋਟੇ ਸਾਈਜ਼ਾ ਜੀ ਕਨ ਪ੍ਰੀਵਿਊ ਵੱਡਾ ਕਰਾ ਦੇਖਣਾ ਤਾਂ ਹੀ ਆਈ ਪਰ ਵੱਡਾ ਕਰਨ ਦੀ ਜ਼ਰੂਰਤ ਨਹੀਂ ਪਾਉਣੇ ਕਿਉਂਕਿ ਸਾਹਮਣੇ ਸੁੱਝਦਾ ਕਿ ਸਹੀ ਚੀਜ਼ ਚਾਉਣੀ ਕਨ ਐ ਇਹ ਦੇਖਾ ਰਿਲੇਸ਼ਨ ਟਾਈਪ ਜਿਹੜਾ ਜਿਹਨਾਂ ਦਾ ਨਾਮ ਹੈ ਪਹਿਲੇ ਭਰਿਆ ਥਾ ਜੀ ਮੇਰਾ ਆਪਣਾ ਨਾਮ ਭਰਿਆ ਥਾ ਤਾਂ ਸਹਿ ਬੀ ਲੀਗਲ ਗਾਰਡਨ ਥੀ ਕਿ ਕਿਆ ਥੇ ਤਾਂ ਫਾਦਰ ਥੇ ਮਦਰ ਥੀ ਕਿ ਕਿਆ ਤਾਂ ਮੈਂ ਲੀਗਲ ਗਾਰਡਨ ਆਪਸ਼ਨ ਚੂਜ਼ ਕੀਤਾ ਪਿੱਛੇ ਤਾਂ ਇੱਥੇ ਵੀ ਲੋਕੀ ਗਾਰਡਨ ਚੂਜ਼ ਕਰਨਾ ਪਉਣਾ 베ਰੀ ਉਸ ਆਬਾ ਨੇ ਕਨ ਐ ਫੈਮਿਲੀ ਮੈਂਬਰ ਦਾ ਨਾਮ ਇੱਥੇ ਵੀ ਰਿਸਤ ਲਿਖਣਾ ਪਉਣਾ ਜਿਵੇਂ ਮਨੇ ਲਿਖਵੇਂ ਲਿਖ ਦਿੱਤੇ ਅਣਜਾਣ ਜਿਹੇ ਇਥੇ ਕੰਨੇ ਨਾਂ ਤਾਂ ਲਿਖਿਆ ਕਿ ਕੀ ਕੰਨੇ ਤੋਂ ਹੁੰਦਾ ਜਿਹੜਾ ਜੇ ਹੈ ਕਿਸ ਆਦਮੀ ਤੇ ਤੁਹਾਨੂੰ ਇਸਦੀ ਰੈਫਰੈਂਸ ਦੇ ਦੇ ਕਿ ਮੈਂ ਇਹਨਾਂ ਦੇ ਘਰਾਂ ਰਹਿੰਦਾ ਕੰਨੇ ਆ ਇਹਨਾਂ ਦਾ ਮਤਲਬ ਮੇਰੇ ਮਾਤਾ ਪਿਤਾ ਲੀਗਲ ਗਾਰਡਨ ਕੋਈ ਵੀ ਹੈ ਇਹਨਾਂ ਦਾ ਆਪਣਾ ਬੂਟ ਰਿਕਾਰਡ ਵੀ ਨਾਂ ਲਿਖਣਾ ਪਉਣਾ ਠੀਕ ਹੈ ਤਾਂ ਇਹ ਜਿਹੜਾ ਜੇ ਨਾਂ ਜਿਹੜਾ ਹੈ ਇਹ ਕਰਨਾ ਪਉਣਾ ਕੰਨੇ ਉਸ ਤੋਂ ਬਾਅਦ ਤੁਹਾ ਜਿਹੜਾ ਜੇ ਵੋਟਰ ਕਾਰਡ ਦਾ ਨਾਮ ਜਿਹੜਾ ਪਈ ਜਾਣਾ ਜੀ ਮਨਿਲੇ ਮੈਂ ਪਾਈ ਤੇ ਇੱਥੇ ਵੋਟਰ ਕਾਰਡ ਸਾਬਾ ਨੇ ਦੇਖੀ ਨੇ ਇੱਕ ਮਿੰਟ ਜਰਾ ਮੈਂ ਨੋਟ ਠੀਕਰ ਲੈਂਦਾ ਐਸੀਓ ਰੰਗਾਂ ਨੇ ਸਾਹਮਣੇ ਇਹ ਦੇਖਾ ਵੋਟਰ ਕਾਰਡ ਏ ਐਲ ਡਬਲਯੂ ਕਨੈ 00 82 149 ਇਹ ਬਾਈਟਿਆ ਕਹਨੇ ਉਸਦੇ ਬਾਅਦ ਇਹ ਸੀ ਜਹਾਰੀਆਂ ਹੋਈਆਂ ਫਿਰ ਉਸਦੇ ਬਾਅਦ ਇਹ ਕੋਣ ਬੇਰੇ ਪਿੱਛੇ ਜਾਣ ਦਿਖੀ ਲੰਦੇ ਨਾ ਸਾਰੀ ਗੱਲ ਰਾਂ ਠੀਕ ਹੈ ਨ ਕਿ ਨਹੀਂ ਇਹਨਾਂ ਦਿਖਾ ਬੋਰਡ ਰਕਾਰਡ ਵਗੈਰਾ ਨੰਬਰ ਆਈ ਹੈ ਕਨ ਨੈਕਸਟ ਪਰ ਕਲਿੱਕ ਕਰਨਾ ਫਿਰ ਦਿੱਖਤੋਂ ਲਾਸਟ ਪਰ ਪੁੱਜ ਜਾਨਾ ਲਾਸਟ ਈ ਚੀਜ਼ ਆਉਣੀ ਰਹੀ ਏ ਕਿ ਆਈ ਐਮ ਅ ਸਿਟੀਜ਼ਨ ਆਫ ਇੰਡੀਆ ਮੈਂ ਭਾਰਤ ਦਾ ਨਾਗਰਿਕ ਹਾਂ ਇਹ ਨੀਤੀ ਗੱਲੇ ਬਣੀਆਂ ਈ ਸਾਰੀ ਉਸਾਬਾਂ ਨੇ ਤੂੰ ਸਿਰਫ ਇਹ ਪਾ ਜਿਆ ਥੋੜਾ ਦੇਖ ਹੀ ਲੈਣਾ ਕਿ ਤੂੰ ਹਿਮਾਚਲ ਦੇ ਨਿਵਾਸੀਂ ਤੇ ਹਿਮਾਚਲ ਸੈੱਟ ਹੈ ਡਿਸਟ੍ਰਿਕਟ ਜਿਹੜਾ ਤੂੰ ਹੁੰਦਾ ਕਾਂਗੜਾ ਕਰੀਤਿਆ ਗਾਂ ਗਰਾں ਦਾ ਨਾਮ ਜਿਹੜਾ ਤੂੰ ਹੁੰਦਾ ਜਾਂ ਟਾਊਨ ਜਿਹੜਾ ਸ਼ਹਿਰ ਨਾਮ ਜਿਹੜਾ ਮੰਨੇ ਜਵਾਲਾਮੁਖੀ ਕਰੀਂਦੇ ਨੇ ਇੱਥੇ ਕਨੋ ਸਾ ਬਣੇ ਅਗਲਾ ਜਿਹੜਾ ਏ ਹੈ ਲਿਖਿਆ ਆ ਮੋਰਨਰਲੀ ਰੈਜ਼ੀਡੈਂਟ ਐਟ ਦਾ ਮੈਂਸ਼ਨਡ ਐਡਰੈਸ ਸਿንስ ਮਤਲਬ ਕਿ ਤੁਹਾਂ ਕਿਹੜੀ ਤੇ ਜਿਹੜੇ ਇਨ ਇੱਥੇ ਦੇ ਸਥਾਈ ਨਿਵਾਸੀ ਹਨ ਤਾਂ ਨਾਰਮਲੀ ਜਿਹੜੇ ਆਦਮੀ ਨਾਰਮਲੀ ਆਪਣੇ ਘਰ ਆ ਜਾਂ ਘਰ ਦੇ ਨੇੜੇ ਦੇ ਹਸਤਾਲਾ ਜੀ ਪੈਦਾ ਹੋ ਜਾਂਦੇ ਤਾਂ ਉਸ ਟਾਈਮ ਤੇ ਤੁਹਾਨੂੰ ਸਥਾਈ ਨਿਵਾਸੀ ਹੁੰਦੇ ਹਨ ਤਾਂ ਤੁਹਾਂ ਜਿਹੜਾ ਬਰਥ ਵੀ ਆਪਣੇ ਐਨਸ਼ਨ ਕਰ ਸਕਦੇ ਯਾ ਤਿਆੜੀ ਤੁਹੋਂ ਸ ਐਡਰੈਸ ਉੱਪਰ ਰਹੇ ਦੇ ਜਿਹੜਾ ਐਡਰੈਸ ਤੁਹਾਂ ਮੈਂਸ਼ਨ ਕੀਤੇ ਆ ਆਪਣਾ ਵੋਟਰ ਰਿਕਾਰਡ ਬਣਾਉਂਦੇ ਟਾਈਮ ਸਹਿਤ ਉਸ ਚ ਲਿਖੀ ਸਕਦੇ ਤਫਿਲ ਆਲਮਾਂ ਦੀ ਕੰਨ 2006 ਦੀ ਆਪਣੀ ਡੇਢ ਬਰਥਡੇ ਇਸ ਡੈਮੋ ਜੀ ਪਾਈ ਥੀ ਤਾਂ ਮੈਂ ਅਗਰ ਸਹੀ ਮੈਂਸ਼ਨ ਕਰ ਦੂੰ ਮੈਂ ਤਾਂ ਕੋਈ ਇਸ ਚੀਜ਼ ਦਿੱਕਤ ਵਾਲੀ ਗੱਲ ਕੋਈ ਹੈ ਨਹੀਂ ਹੈ ਤਾਂ ਸਾਬਨ ਮੈਂ ਸਹੀ ਪਾਈ ਤੀ ਫਿਲਹਾਲ ਤਾਂ ਤੁਹਾਂ ਵੀ ਆਪਣੇ ਸਾਬਨ ਸੈੱਟ ਕਰ ਸਕਦੇ ਕਨਿਆ ਕਰ ਜੇ ਤੁਹਾਨੂੰ ਨੇ ਲੈ ਆ ਪਾਇਆ ਤਾਂ ਕੋਈ ਉਰਤੀ ਹੋਏ ਪਰ ਲੇਕਿਨ ਤੁਹਾਂ ਗਾਣ ਬੜੇ ਟਾਈਮ ਨਾਲ ਸੈਟਲ ਕੋਈ ਉਰਤੀ ਨੇ ਤੁਹਾਨੂੰ ਸਾਬਨ ਨੇ ਸਹੀ ਲੀਡ ਸਾਬਨ ਨੇ ਸੈੱਟ ਕਰ ਸਕਦੇ ਕਨ ਉਸ ਦਿਵਾ ਜਿਹੜਾ ਤੁਹਾਡਾ ਪਲੇਸ ਆਫ ਅਪਲੀਕੇਸ਼ਨ ਭਰ ਜਣਾ ਜਿਹ ਇਥੋਂ ਜਵਾਲਾ ਮੁਖੀ ਤੇ ਭਰ ਦਿੱਤਾ ਮੈਂ ਜਵਾਲਾ ਮੁਖੀ ਤੇ ਸਲਿਖ ਦਿੱਤਾ ਸਿਸਟਮ ਸਾਰਾ ਸੈੱਟ ਹੋ ਗਿਆ ਹੁਣ ਕੰਨ ਹੈ ਬਸ ਇਸ ਤੋਂ ਬਾਅਦ ਤੂੰ ਡਨ ਪਰ ਕਲਿੱਕ ਕਰਨਾ ਤਾਂ ਦੇਖਾ ਤਹੋਂ ਇੱਕ ਪ੍ਰੀਵਿਊ ਸਾਹਮਣੇ ਆ ਗਿਆ ਨੇ ਕਿ ਤੂੰ ਕਿਆ ਭਰਿਆ ਪੂਰਾ ਕਿ ਜੇ ਤੂੰ ਐਸਾ ਡਿਟੇਲ ਭਰੀ ਸੀ ਕੋਈ ਕਮੀ ਪੇਸਤੀ ਲੱਗੋ ਇਸ ਚ ਤਾਂ ਫੇਰੀ ਤੂੰ ਬੈਕ ਜਾਈਨੇ ਕਨਫਰਮ ਕਰਨ ਦੇ ਪਹਿਲੇ ਕਰਾਸ ਪਰ ਜੀ ਉੱਪਰ ਕਰਾਸ ਬਣੇ ਤੇ ਕਲਿੱਕ ਕਰਨਾ ਕਹਨੇ ਫੇਰੀ ਪਿੱਛੇ ਜਾਈਨੇ ਸਾਰੇ ਚੇਂਜ ਕਰੀ ਜੇ ਨੇ ਕੰਨ ਜੀਆ ਤੂੰ ਕਨਫਰਮ ਕਰ ਗਏ ਤਿੰਨੇ ਫੇਰੀ ਤੋਂ ਹੁੰਦਾ ਜਿਹੜਾ ਮਤਲਬ ਹੈਗਾ ਇਹ ਚੀਜ਼ ਸਬਮਿਟ ਹੋ ਜਾਣੀ ਚੱਲੀ ਜਾਣੀ ਮਤਲਬ ਕਹਿੰਦੇ ਤੂੰ ਉਸਤੇ ਬਾਅਦ ਜਿਹੜੇ ਨਾ ਆਨਲਾਈਨ ਜਿਹੜੇ ਜੇ ਤੂੰ ਹੁੰਦੇ ਇਲੈਕਸ਼ਨ ਕਮਿਸ਼ਨ ਦਫਤਰ ਆ ਜਾਈਏ ਇਹ ਚੀਜ਼ ਜਿਹੜੀ ਹੈ ਪੁੱਜੀ ਜਾਣੀ ਕਹਿੰਦੇ ਫਿਰ ਉਸਤੇ ਬਾਅਦ ਜਿਹੜਾ ਤੂੰ ਹੁੰਦਾ ਜਿਹੜਾ ਜੀ ਬੀਐਲਓ ਹੈ ਤਿੰਨੇ ਫਾਰਮ ਆਨਲਾਈਨ ਵੈਰੀਫਾਈ ਕਰਨਾ ਉਸਕੇ ਤੋਂ ਤੁਹਾਡੇ ਕਰਮ ਵੀ ਹੁੰਦੇ ਜਾਣਕਾਰੀ ਲੈਣੇ ਵਾਸਤੇ ਕੁਝ ਆਡਰੈਸ ਹਸਾਬੇ ਨੇ ਕਹਿੰਦੇ ਫਿਰ ਹੀ ਉਸਤੇ ਬਾਅਦ ਜਿਹੜਾ ਤੂੰ ਹੁੰਦਾ ਵੋਟਰ ਰਿਕਾਰਡ ਜਿਹੜਾ ਜੇ ਹੈ ਸੇ ਹਵਤੇ ਬਾਰੇ ਦੱਸਣਾ ਦੇਣਾ ਜੀ ਬੜੀ ਹੁਤਾ 15 ਦਿਨਾਂ ਚ ਬਣੀ ਨੇ ਤੋਂ ਹੁੰਦੇ ਘਰ ਰਜਿਸਟਰਡ ਪੋਸਟ ਨਾਲ ਪੁੱਛਿਆ ਦਾ ਅੱਜ ਕੱਲਾ ਪਰ ਧਿਆਨ ਰੱਖਣਾ ਸਕੇ ਲੱਗ ਰਜਿਸਟਰਡ ਪੋਸਟ ਜਿਹੜੀ ਤੁਹਾਨੂੰ ਮਿਲੀ ਜਾਣੀ ਪੂਰ ਰਿਕਾਰਡ ਦੇ ਕਨ ਤੁਹਾਰਾ ਮੰਬਾ ਨੇ ਜਿਹੜਾ ਚੋਹਾ ਟਿਆੜੇ ਜੀ ਤੋਂ ਹੁੰਦੇ ਜਨਾਬ ਹੋਣੇ ਟਿਆੜ ਤੋਂ ਵੋਟ ਪਾਈ ਸਕਦੇ ਤਾਂ ਇਹ ਥੋੜੀ ਦੇ ਗੱਲ ਤੁਹਾਨੂੰ ਮੈਂ ਕਰਨੀ ਸੀ ਕਨੇ ਗੱਲ ਹੋਰ ਸ਼ਿ ਧਿਆਨ ਦੇਣ ਵਾਲੀ ਹੈ ਜੀ ਤੁਹਾਨੂੰ ਕਨਫਰਮ ਕਰਨਾ ਹੈ ਕਨ ਸਬਮਿਟ ਕਰੀਣਾ ਫਾਰਮ ਤਿੰਗੇ ਤੋਂ ਹੈ ਜਿਹੜਾ ਜੇ ਕੋਈ 15 16 ਅੱਖਰਾਂ ਦਾ ਜਿਹੜਾ ਇਹ ਕਦੋਂ ਤੇ ਫੋਨ ਨੰਬਰ ਮੈਸੇਜ ਵੀ ਹੋਣਾ ਡਿਜੀਟਲ ਉਸ ਤੇ ਲਿਖੋਏ ਹੋਣ ਜੀਆਂ S08 12 ਜੀਆਂ ਹੀ ਕਰਨ ਲਿਖੋਏ ਹੋਣਾ ਕਨ ਉਸ ਤੇ ਫਿਰ ਕੀ ਗੱਲ ਹੋਣੀ ਹੈ ਉਸ ਤੇ ਗੱਲ ਇਹ ਹੋਣੀ ਹੈ ਕਿ ਸਹਿ ਇੱਕ ਤੋਂ ਹੰਦਾ ਰੈਫਰੈਂਸ ਨੰਬਰ ਹੋਣਾ ਜਿਹੜਾ ਤੂੰ ਆਨਲਾਈਨ ਅਪਲਾਈ ਕੀਤੇ ਨਾ ਤਾਂ ਰਸੀਦ ਨੰਬਰ ਮਿਲਦਾ ਫਿਰ ਇੱਕ ਸਹਿ ਆਪਣੇ ਵੱਲ ਸੰਭਾਲ ਲੈਣਾ ਨੋਟ ਕਰਨੇ ਕਾਪੀ ਉੱਪਰ ਰੱਖ ਹੀ ਲੈਣਾ ਕੱਲਬ ਤੂੰ ਪੁੱਛਣਾ ਹੋ ਕਿ ਮੇਰਾ ਵੋਟਰ ਕਾਰਡ ਹਲਤੀ ਬਣਿਆ ਨਹੀਂ ਜਲਦੀ ਨਹੀਂ ਬਣਾ ਦਾ ਕੀ ਗੱਲ ਹੋਈ ਕਿ ਆਨੇ ਉਹਦਾ ਤੂੰ ਰੈਫਰੈਂਸ ਨੰਬਰ ਸ ਦੱਸਣਾ ਪ ਆਨਲਾਈਨ ਤੋਂ ਅਗਰ ਜੇ ਪਤਾ ਕਰਨਾ ਚਾਹ ਨਹੀਂ ਆ ਤੁਹਾਂ ਦਫ਼ਤਰਾਈ ਨੇ ਪਤਾ ਕਰਨ ਚਾਹਾਂ ਇਲੈਕਸ਼ਨ ਵਾਲਿਆਂ ਦੇ ਕਿ ਮੇਰਾ ਵੋਟਰ ਕਾਰਡ ਹਲਦੀ ਨਹੀਂ ਬਣਿਆ ਨਹੀਂ ਮਿਲਿਆ ਤਾਂ ਸਹਿ ਤਾਂ ਲਗਣਾ ਪਾਤਾ ਹੋਇਤਾ ਤੁਹਾਂ ਦਾ ਰੈਫਰੈਂਸ ਨੰਬਰ ਉੰਗਾ ਤਾਂ ਸਹਿ ਤੁਹਾਂ ਜਰੂਰ ਨੋਟ ਕਰਨ ਰੱਖੀ ਲੈਣਾ ਤਾਂ ਇਹ ਜਿਹੜੀ ਥੋੜੀ ਬਹੁਤ ਗੱਲ ਥੀ ਤੁਹਾਨੂੰ ਕਰਨੀ ਥੀ ਕਿ ਕਿਹ ਜਾਂ ਜਿਹੜੇ ਜਹਾਂਦੇ ਪਹਿਲੀ ਵਾਰੀ ਵੋਟਰ ਲਿਖੇ ਬਣਨਾ 18 ਸਾਲਾਂ ਦੇ ਬੱਚੇ ਸਹਿ ਜਾਂ ਜਿਹੜੇ 18 ਦੇ ਹੋਣੇ ਆਲੇ ਇਹਨਾਂ 17.5 ਦੇ ਇਹਨਾਂ ਇਹ 17 ਸਵਾ 17 17 ਦੇ ਉੱਪਰ ਉੱਪਰ ਹੋਈ 18 ਦੇ ਹੋਣ ਵਾਲੇ ਇਹ 18 ਦੇ ਉੱਪਰ ਵੀ ਆ ਨੇ 18 25 30 ਵਾਲੇ ਵੀ ਨਾ ਪਰ ਇਹਨਾਂ ਦਾ ਵੋਟਰ ਕਾਰਡ ਕਦੀ ਬਣਿਆ ਨਹੀਂ ਤਾਂ ਸਿਹਾਲੇ ਵੀ ਜਿਹੜੇ ਆਦਮੀ ਨੇ ਸੇ ਫਾਰਮ 6 ਵੋਟਰ ਰਿਪਲਾਈ ਅੰਦਰ ਆਪਣਾ ਅਕਾਊਂਟ ਬਣਾਣ ਦੇ ਬਾਅਦ ਜਿਹੜਾ ਆਨਲਾਈਨ ਤਰੀਕੇ ਨਾਲ ਵੋਟ ਬਣਾ ਸਕਦੇ ਆ ਡਾਕੂਮੈਂਟ ਅਪਲੋਡ ਕਰ ਸਕਦੇ ਕਹਿੰਦੇ ਇਹ ਸਾਰਾ ਕੰਮ ਸਾਰਾ ਨਿਪਟੇ ਜਾਣਗਾ ਤਾਂ ਹਮ ਮਜੇ ਨੇ ਫਿਰ ਜਿਹੜੇ ਚੋਣਾਂਾਂ ਜਿਹੜਾ ਇਹ ਆਪਣਾ ਆਪਣੀ ਜਿਹੜੀ ਭਾਗੀਦਾਰੀ ਸੁਨਿਸ਼ਚਿਤ ਕਰੀ ਸਕਦੇ ਆ ਤਾਂ ਇਹ ਛੋਟੇ ਛੋਟੇ ਗੱਲਾਂ ਈਆਂ ਵੋਟਰ ਲਿਸਟ ਦੇ ਬਾਰੇ ਚੀ ਤਈਆਂ ਗਾ ਔਰ ਬੀ ਐਨ ਫਾਰਮ 7 ਫਾਰਮ 8 ਲੇਕਿਨ ਸੇ ਬਾਅਦ ਦੀ ਗੱਲਾਂ ਤੂੰ ਹਾਂ ਕਰ ਜੇ ਆਪਣਾ ਵੋਟ ਕਟਾਣਾ ਹੋ ਕੋ ਨਹੀਂ ਤਾਂ ਫਾਰਮ 7 ਭਰਉਂਦਾ ਤਈਆਂ ਹੀ ਅਗਰ ਜੇ ਤੂੰ ਆਪਣਾ ਐਡਰੈਸ ਚੇਂਜ ਕਰਨਾ ਹੈ ਕੌਨਸਟਿਟਿਊਐਂਸੀ ਦੇ ਅੰਦਰ ਅੰਦਰ ਹੀ ਤਾਂ ਫਾਰਮ 8 ਭਰਉਂਦਾ ਕੋਈ ਔਰ ਕਰੈਕਸ਼ਨ ਹੈ ਫੋਟੋ ਚੇਂਜ ਕਰਨਾ ਹੈ ਫੋਨ ਨੰਬਰ ਅਟੈਚ ਕਰਨਾ ਹੈ ਜਾਂ ਤੂੰ ਦਾ ਔਰ ਕੋਈ ਐਡਰੈਸ ਜ ਕੋਈ ਕਮੀ ਹੈ ਕੋਈ ਗਲਤੀ ਹੈ ਤਾਂ ਤੂੰ ਸੇ ਚੇਂਜ ਕਰਾਣੀ ਹੈ ਥੋੜੀ ਬਹੁਤ ਤਾਂ ਫਾਰਮ 8 ਭਰਉਂਦਾ ਕਨਿਕ ਫਾਰਮ 6b ਵੀ ਹੈ ਫਾਰਮ 6ਬੀ ਆਪਣਾ ਆਧਾਰ ਨੰਬਰ ਤੋਂ ਵੋਟਰ ਕਾਰਡ ਨਾ ਅਟੈਚ ਕਰਨਾ ਤੇ ਸਵਾਸ ਨਾਲ ਪਰਸੇ ਬਾਅਦ ਦੀ ਗੱਲ ਹੈ ਫਿਲਹਾਲ ਤੋਂ ਫਾਰਮ 6 ਦੇ ਬਾਰੇ ਚ ਜਿਹੜੀ ਅੱਜ ਕੱਲੀ ਵੀਡੀਓ ਅੱਜ ਕੀ ਜਿਹੜੀ ਵੀਡੀਓ ਚੱਲੀ ਹੋਏ ਫਾਰਮ 6 ਦੇ ਬਾਰੇ ਚ ਹੀ ਹੈ ਛੋਟੀ ਜਿਹੀ ਗੱਲ ਬਾਤ ਇਸ ਚ ਕਿ ਜਿਹੜੇ ਨਵੇਂ ਬੱਚੇ ਹਾਂ ਦੇ 18 ਸਾਲਾਂ ਦੇ ਹੋਏ ਨੇ ਕਾਲਜਾਂ ਚ ਪੜਾਦੇ ਤੇਨ ਦੇ ਵੋਟਰ ਕਾਰਡ ਨਹੀਂ ਬਣੇ ਤਾਂ ਸੈਂਕੀਆਂ ਪਹਿਲੀ ਵਾਰ ਜਿਹੜਾ ਵੋਟਰ ਜਿਹੜਾ ਬਣਨੇ ਆਲਾ ਹਾਂ ਦਾ ਹੈ ਸੇ ਆਨਲਾਈਨ ਤਰੀਕੇ ਨੇ ਫਾਰਮ 6 ਭਰਿ ਨਾ ਕਿਹ ਬੋਟ ਬਣਾ ਸਕਦਾ ਉਸ ਬਾਰੇ ਛੋਟੀ ਜਾਣਕਾਰੀ ਸੀ ਤੇ ਇਹ ਤੁਹਾਨੂੰ ਮੈਂ ਸਾਂਝਾ ਕਰੀ ਦਿੱਤੀ ਇਹ ਕਿ ਨਾ ਤੁਹਾਂ ਹੀ ਸਾਬਨ ਨੇ ਜਿਹੜੇ ਵੀ ਤੋਂ ਦੇ ਨੇੜ ਤੇੜ ਦੇ ਬੱਚੇ ਜਿਹੜੇ 18 ਸਾਲਾਂ ਦੇ ਹਨ ਯਾਉਣੇ ਵਾਲੇ ਨਾ ਯਾ ਸਕੂਲਾਂ ਚ ਬੱਚੇ ਪੜਾਦੇ ਜਿਹੜੇ ਜੇ ਕਈ ਵਾਰੀ 18 ਦੇ ਪੂਰਣੇ ਵਾਲੇ ਹੁੰਦੇ ਕਈ ਕਮੀਆਂ ਨੇ ਕਈ ਵਾਰੀ ਅ ਲੇਟਰ ਐਡਮਿਸ਼ਨ ਹੋਏ ਕਿਵਰ ਕੁਛ ਕਰ ਲੋ ਇੰਤ 18 ਦੇ ਵੀ ਹੁੰਦੇ ਕਿ ਬੱਚੇ ਸਕੂਲਾਂ ਚ ਕਾਲਜਾਂ ਜਿਵੇਂ ਮਿਲੀ ਜਾਣੇ ਜਾਂ ਤੋਂ ਦੇ ਗ੍ਰਾਂਜ ਚ ਕੋਈ ਹੋਰ ਮੁੰਡਾ ਇਸੇ ਬਾਹਰ ਰਹਿੰਦਾ ਸ ਹੈ ਕਰੇ ਆਈ ਪਾਇਗਾ ਨਾ ਵੋਟਰ ਕਾਰਡ ਨਹੀਂ ਬਣੇ ਤੋ ਦਾ ਤੋ ਹਾਂ ਵੋਟਰ ਕਾਰਡ ਇਸ ਤਰੀਕੇ ਨੇ ਬਣਵਾਈ ਸਕਦੇ ਤੋ ਜਿਤਨੇ ਵੀ ਪੇਰੈਂਟਸ ਹਨ ਪੰਚਾਇਤੀ ਵਾਲੇ ਹਨ ਆਹ ਦੇ ਸਮਾਜ ਜਿਹਦੇ ਨੇ ਲੋਕ ਹਨ ਸੇ ਕਿਦੂਗੇ ਸਵਾਰੇ ਜਾਣਕਾਰੀ ਜ਼ਰੂਰ ਦੇਣ ਕਿ ਤੋ ਹਾਂ ਆਨਲਾਈਨ ਤਰੀਕੇ ਨੇ ਵੀ ਵੋਟਰ ਰੈਲਪਲੈਨ ਐਪਾ ਦੇ ਮਾਧਿਅਮ ਨਾਲ ਆਪਣਾ ਵੋਟਰ ਕਾਰਡ ਜਿਹੜਾ ਹੈ ਬਣਾਈ ਸਕਦੇ ਤਾ ਇਹ ਸਾਬ ਨੇ ਅਗਰ ਜੇ ਸਾਰੇ ਇੱਕ ਇਕੱਠੇ ਮਿਲਨੇ ਥੋੜਾ ਸੇ ਹੋ ਕਰਗੇ ਤੋ ਜ਼ ਜਾਂਦੋਂ ਲੱਗਣੇ ਵਾਲਾ 2024 ਦੇ ਲੋਕ ਸਭਾ ਇਲੈਕਸ਼ਨ ਚ ਇਹ ਉਸ ੱਗੇ ਪਿੱਛੇ ਵੀ ਬਾਤ ਵੀ ਕਦੀ ਤਾਂ ਤੂੰ ਜਿਹੜਾ ਜਰੂਰ ਆਪਣਾ ਜਿਹੜਾ ਜੇ ਕੀਮਤੀ ਵੋਟ ਦੇਣ ਦਾ ਜਿਹੜਾ ਤੂੰ ਇੱਕ ਆਪਣੀ ਇੱਕ ਪਲਬ ਦੀ ਜੋ ਪ੍ਰਾਪਤ ਕਰੀ ਸਕਦੇ ਹਨ ਕਿਨ ਹੈ ਹਿਸਾਬਾ ਨਹੀਂ ਹੁੰਦੀਗਾ ਦੇਖੋ ਦੇਸ਼ ਚ ਚੱਲਦਾ ਬੇਸਿਕਲੀ ਸਰਕਾਰਾਂ ਦੇ ਮਾਧਮੇ ਪਰ ਸਰਕਾਰ ਜਿਹੜੀ ਹੈ ਜਨਤਾ ਦੀ ਹੀ ਚੁਣੀ ਹੁੰਦੀ ਤਾਂ ਇਹ ਕਹਾਂ ਦੇ ਇੱਕ ਧਰਮ ਹੈ ਕਿ ਯਹਾਂ ਜਿਹੜਾ ਜੇ ਹੈ ਚੋਣਾਂ ਵਾਸਤੇ ਜਿਹੜਾ ਹੈ ਆਪਣਾ ਵਰਪੂਰੀ ਯੋਗਦਾਨ ਦੇਣਾ ਪਰ ਪਹਿਲਾ ਕਦਮ ਉਹਦਾ ਇਹ ਹੈ ਕਿ ਤੂੰ ਆ ਪਹਿਲੇ ਵੋਟਰ ਕਾਰਡ ਬਣਾ ਲੈਣਾ ਤਾਂ ਵੋਟਰ ਕਾਰਡ ਬਣਾਣੇ ਦਾ ਮੈਂ ਤਰੀਕਾ ਤੁਹਾਨੂੰ ਦੱਸੀ ਤੇ ਆ ਕੰਨੇ ਫੇਰੀ ਵੀ ਤੁਹਾਨੂੰ ਕੋਈ ਅਗਰ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤੁਹਾਨੂੰ ਸਮਝ ਨਹੀਂ ਆਉ ਤਾਂ ਤੁਹਾਂ ਮਿੰਜੋ ਨੇ ਮਿਲ ਵੀ ਸਕਦੇ ਮੈਂ ਕਥੋਕ ਸਕੂਲ ਲੱਗੇ ਆ ਕੰਨੇ ਅਗਰ ਜੇ ਤੁਹਾਂ ਫੇਰੀ ਵੀ ਅਗਰ ਕੰਟੈਕਟ ਕਰਨਾ ਚਾਹਣ ਤਾਂ 9418307717 9418307717 ਇਹ ਮੇਰਾ ਨੰਬਰ ਤੁਹਾਨੂੰ ਇਸ ਪਰ ਗਲ ਵੀ ਕਰ ਸਕਦੇ ਕੰਨੇ ਮੈਂ ਤੁਹਾਂ ਜਿਹੜੀ ਸਲਾਹ ਬਣਗੀ ਕੰਨੇ ਜਾਇਜ਼ ਦੇ ਹੀ ਹੋਗੀ ਸਤ ਤੁਹਾਂ ਉਹ ਸਭ ਮੈਨੇ ਦੇਂਗੇ ਕੰਨੇ ਜਵਾਲਾਮੁਖੀ ਉਹ ਮੰਡਲ ਸਰ ਪਰ ਵੀ ਜਿਹੜਾ ਜਿਆ ਸਬ ਡਿਵੀਜ਼ਨ ਹੁੰਦਾ ਹੈ ਇੱਥੇ ਉੱਥੇ ਵੀ ਅੱਜ ਕਲਾ ਦੇਖਾ ਹਾਂ ਇਲੈਕਸ਼ਨ ਵਿਭਾਗ ਕੰਨ ਮਿਲਨੇ ਕੰਨ ਨਿਕੰਨ ਕੰਮ ਕਰਾਦੇ ਐਂ ਤਾਂ ਉੱਥੇ ਵੀ ਤੁਹਾਨੂੰ ਆਇਨਾ ਮਿਲ ਸਕਦੇ ਕੰੈਕਸ਼ਨ ਵਿਭਾਗ ਜੀ ਵੀ ਆਂਦੇ ਦਿਨ ਰਾਤ ਅੱਜ ਕਲਾ ਹੰਦਾ ਹੀ ਕੰਮ ਚੱਲੇ ਕਿ ਬੇਸਿਕਲੀ ਇਹਾ ਚੋਣਾਂ ਵੀ ਮਿਲ ਜਿਹੜਾ ਹੈ ਬੜੀਆਂ ਸਕਸੈਸ ਕਰਵਾਣਾ ਹੈ ਸੰਪਨ ਕਰਵਾਣਾ ਤੇ ਸਬਾਰੇ ਜੀ ਤੁਹਾਨੂੰ ਜ਼ਰੂਰ ਜਿਹੜਾ ਆਪਣਾ ਸਹਿਯੋਗ ਜ਼ਰੂਰ ਦੇਣਾ ਕਨ ਕੋਈ ਵੀ ਅਗਰ ਜ਼ਰੂਰਤ ਪਾਉ ਤਾਂ ਜ਼ਰੂਰ ਆਣਾ ਮਿਲਣਾ ਗੱਲਬਾਤ ਕਰਨੀ ਕਨ ਕੋਈ ਹੋਰ ਸਮੱਸਿਆ ਹੋਵੇ ਤਾਂ ਸਮਾਧਾਨ ਵੀ ਜਿਹੜਾ ਜਿਆ ਜ਼ ਤਾਂ ਗਾਂ ਵਾਸਤੇ ਤੁਹਾਨੂੰ ਸ਼ੁਭ ਕਾਮਨਾ ਕਰਦਾ ਧੰਨਵਾਦ ਤੁਹਾਨੂੰ ਦਾ ਤੁਹਾਂ ਆਹਾਂ ਦੀ ਇਸ ਚਰਚਾ 'ਚ ਭਾਗ ਲਿਆ ਆਹਾਂ ਦੀ ਗੱਲ ਸੁਣੀ ਕਨੇ ਮੈਨੂੰ ਜ਼ਰੂਰ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਇਸ ਵੀਡੀਓ ਦੇ ਮਾਧਿਅਮ ਨੇ ਕਨੇ ਔਰ ਤਰੀਕੇ ਨੇ ਵੀ ਆਪਣਾ ਵੋਟਰ ਕਾਰਡ ਜ਼ਰੂਰ ਆਪਣੇ ਆਪਣਾ ਵੀ ਬੱਚਿਆਂ ਦਾ ਵੀ ਕਨੇ ਆਸ-ਪੜੋਸ ਦੇ ਲੋਕਾਂ ਦਾ ਬਣਵਾਣਾ ਹੈ ਕਨੇ ਆਹਾਂ ਦੀ ਇਹ ਮੁਹਿੰਮ ਜਿਹੜੀ ਇਹ ਜ਼ਰੂਰ ਸਕਸੈਸ ਤੋਂ ਕਰਵਾਣੀ ਹੈ ਧੰਨਵਾਦ ਜੀ